ਜਿਨ ਗਲ ਰੱਖੀ ਤੇਰੀ ਬੋਲੋ ਸਤਨਾਮ ਜੀ ਵਾਹਿਗੁਰੂ। ਬਹਾਦਰ ਵਾਂਗੂ ਅਮਰੇ ਸਦਨੇ ਅਗਲੀ ਗੱਲ ਦਰਮ ਦੀ ਨਾਲ ਸਰਪੜ ਲਾ ਕੇ।
ਧਰਤੀ ਪੂਜਣ ਯੋਗ ਹੈ, ਉਹਨਾਂ ਸਤਿਗੁਰਾਂ ਦੀ ਧਰਤੀ ਪੂਜਣ ਯੋਗ ਹੈ। ਸੱਚੀ ਸਲਾਹ ਕੇ ਜਾਣੇ ਦਿਲ ਸਹੀ ਦੇ ਵਿਛੇੜਗੇ, ਜੋ ਸੁਣ ਕਰਨੇ ਜਾਂ ਮਾਤਾ ਕੇ ਬੰਦਾ ਦੇ ਅੰਦਰ ਕਰਾ ਪਲੇਰੀਆਂ ਕੁਝ ਮਰ ਲੈ ਸਕਦੇ ਮੇਰੀਆਂ। ਸਤ ਸੰਗਤ, ਇਨਸਾਨ ਜਨਮਦਾ ਹੈ ਮਾਪਿਆਂ ਦੇ ਭਾਗੀ, ਜਿਉਂਦਾ ਹੈ ਆਪਣੇ ਬਦਲੇ, ਮਰ ਜਾਂਦਾ ਹੈ ਆਪਣੀ ਔਲਾਦ ਦੀ ਖਾਤਰ। ਕਹਾਣੀ ਮੁੱਕ ਜਾਂਦੀ, ਸੰਸਾਰ ਦੀ ਕਹਾਣੀਆਂ ਸਦਾ ਉਹਨਾਂ ਦੀਆਂ ਰਹਿੰਦੀਆਂ ਨੇ ਜੋ ਕਿਸੇ ਚੰਗੇ ਮਨੋਰਥ ਵਾਸਤੇ ਜਿਉਂਦੇ ਨੇ, ਕਿਸੇ ਚੰਗੇ ਮਨੋਰਥ ਵਾਸਤੇ ਆਪਣਾ ਆਪ ਕੁਰਬਾਨ ਕਰ ਜਾਇਆ ਕਰਦੇ ਨੇ। ਜ਼ਿੰਦਗੀ ਦੇ ਲਾਲਚੀਆਂ ਦੀ ਪੂਜਾ ਨਹੀਂ ਹੋਇਆ ਕਰਦੀ, ਜ਼ਿੰਦਗੀ ਨੂੰ ਕਿਸੇ ਅਰਥ ਲਾ ਕੇ ਕੁਰਬਾਨ ਕਰਨ ਵਾਲਿਆਂ ਦੀ ਦੁਨੀਆਂ ਪੂਜਾ ਕਰਿਆ ਕਰਦੀ। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਸਥਾਨ 'ਤੇ ਆਏ ਹਨ। ਹਜ਼ੂਰ ਨੂੰ ਸ਼ਹੀਦਾਂ ਦੇ ਸਰਤਾਜ ਕਿਉਂ ਕਿਹਾ ਜਾਂਦੇ? ਸੰਸਾਰ ਵਿੱਚ ਦੋ ਤਰ੍ਹਾਂ ਦੇ ਸ਼ਹੀਦ ਮੰਨੇ ਜਾਂਦੇ ਨੇ। ਇਹ ਗੱਲ ਕਹਿਣਾ ਚਾਹੁੰਦਾ, ਅੱਜ ਤੋਂ ਕੋਈ 35-40 ਸਾਲ ਪਹਿਲਾਂ ਭਾਵੇਂ ਇਹ ਅਸਥਾਨ ਨਹੀਂ ਸੀ, ਮਰ ਸ਼ਾਂਤੀ ਹੁੰਦੀ ਸੀ। ਅਸਾਂ ਅਸਥਾਨ ਬਹੁਤ ਸੁੰਦਰ ਬਣਾ ਲਏ ਨੇ, ਪਰ ਇਹ ਸੁਣਨ ਦੀ ਲਗਨ ਸੀ ਉਹ ਖਤਮ ਹੁੰਦੀ ਚਲੀ ਜਾ ਰਹੀ। ਸਾਰੇ ਧਾਰਮਿਕ ਸਥਾਨ ਵੀ ਮੇਲਿਆਂ ਦੀ ਸ਼ਕਲ ਅਖਤਿਆਰ ਕਰੀ ਜਾ ਰਹੇ ਹਨ। ਪਰਮਾਤਮਾ ਬਖਸ਼ੇ, ਇੱਕ ਉਰਦੂ ਦਾ ਸ਼ੇਰ ਹੈ, ਮਸਜਿਦ ਤੋਂ ਬਣਾ ਲਈ ਸ਼ਬ ਭਰ ਮੈਂ ਇਮਾਂ ਕੀ ਹਰਾਰਤ ਵਾਲੋਂ ਨੇ। ਇਸਲਾਮੀ ਜੋਸ਼ ਵਾਲਿਆਂ ਨੇ ਰਾਤੋ ਰਾਤ ਮਸੀਤ ਬਣਾ ਲਈ, ਅਸੀਂ ਵੀ ਰਾਤੋ ਰਾਤ ਗੁਰਦੁਆਰੇ ਬਣਾ ਲੈਂਦੇ ਹਾਂ। ਮਸਜਿਦ ਤੋਂ ਬਣਾ ਲਈ ਸ਼ਬ ਭਰ ਮੈਂ ਇਮਾਂ ਕੀ ਹਰਾਰਤ ਵਾਲੋਂ ਨੇ, ਮਨੇ ਆਪਣਾ ਪੁਰਾਣਾ ਪਾਪੀ ਹੈ, ਬਰਸੋਂ ਮੈਂ ਨਮਾਜ਼ੀ ਬਣ ਨਾ ਸਕੇ, ਅਜੇ ਅਸੀਂ ਆਪਣੇ ਮਨ 'ਤੇ ਕਾਬੂ ਨਹੀਂ ਪਾ ਸਕੇ। ਸੰਗਤ ਵਿੱਚ ਬਹਿ ਕੇ ਸੁਣਿਆ ਕਿਵੇਂ ਜਾਂਦੇ? ਅਸਲ ਵਿੱਚ ਦੀਵਾਨ ਔਰ ਮੇਲੇ ਵਿੱਚ ਬੜਾ ਭਾਰਾ ਫਰਕ ਹੈ, ਪਰ ਜਿੰਨਾ ਕੁ ਮੇਰਾ ਸਮਾਂ ਇਸੇ ਪਾਸੇ ਨਹੀਂ ਨਾ ਲਾ ਦੇਣਾ, ਮੈਂ ਗੁਰਦੇਵ ਨੂੰ ਸ਼ਰਧਾਂਜਲੀ ਅਰਪਣ ਕਰਨ ਵਾਸਤੇ ਆਇਆ। ਦੋ ਤਰ੍ਹਾਂ ਦੇ ਸ਼ਹੀਦ ਸੰਸਾਰ ਵਿੱਚ ਮੰਨੇ ਗਏ, ਇੱਕ ਮੈਦਾਨ ਵਿੱਚ ਲੜ ਕੇ ਵੀਰਗਤੀ ਪ੍ਰਾਪਤ ਕਰਨ ਵਾਲੇ, ਉਹਨਾਂ ਦੀ ਵੀ ਮਹਾਨਤਾ ਹੈ, ਸਿਰ ਦੇਣ ਵਾਸਤੇ ਜਾਂਦੇ, ਮਗਰ ਆਖਰੀ ਦਮ ਤੱਕ ਜ਼ਿੰਦਗੀ ਉਹਨਾਂ ਦੇ ਸਾਥ ਹੋਇਆ ਕਰਦੀ ਸੀ। ਉਸ ਮੈਦਾਨ ਵਿੱਚੋਂ ਬਚ ਕੇ ਨਿਕਲ ਵੀ ਸਕਦੇ ਸੀ। ਜੋਸ਼ ਵਿੱਚ ਵਾਏ ਤਲਵਾਰ ਚਲੀ ਲੇਖਾ ਪਾਰ ਹੈ, ਦੂਸਰੇ ਸ਼ਾਂਤਮਈ ਸ਼ਹੀਦ ਸਨ। ਇਹਨਾਂ ਦਾ ਰੁਤਬਾ ਉਸਰਾਂ ਨੂੰ ਜ਼ਰਾ ਉਚੇਰਾ ਮੰਨਿਆ ਗਿਆ, ਕਿਉਂਕਿ ਇਹਨਾਂ ਨੇ ਕਹੀਏ ਸੀਏ ਸਹਿ ਕੇ ਆਪਣੇ ਆਪ ਦਾ ਬਲੀਦਾਨ ਦੇਣਾ ਬਹੁਤ ਲਾਜ਼ਮੀ ਹੈ। ਅਜੇ ਦੁੱਖ ਕਿੱਥੇ ਹੈ? ਮੌਤ ਔਰ ਜ਼ਿੰਦਗੀ ਦੇ ਸਨ ਵਿੱਚ ਜਿੰਨਾ ਵਕਫਾ ਹੈ, ਉਹੀ ਦੁੱਖ ਦਾ ਕਾਰਨ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਾਂਤਮਈ ਸ਼ਹੀਦਾਂ ਦਾ ਸਰਤਾਜ ਮੰਨਿਆ ਗਿਆ। ਇਸਦਾ ਕਾਰਨ, ਸ਼ਹੀਦ ਅਰਬੀ ਜ਼ੁਬਾਨ ਦਾ ਸ਼ਬਦ ਹੈ ਔਰ ਸ਼ਾਇਦ ਪੱਛਮੀ ਦੁਨੀਆ ਵਿੱਚ ਸੁਕਰਾਤ ਸਭ ਤੋਂ ਪਹਿਲਾਂ ਸ਼ਹੀਦ ਹੋਇਆ ਆਪਣੇ ਧਰਮ ਦੀ ਖਾਤਰ। ਮਗਰ ਉਹ ਮੌਤ ਕਿਤਨੀ ਆਸਾਨ ਸੀ, ਸ਼ਹਿਦ ਦੇ ਵਿੱਚ ਜ਼ਹਿਰ ਮਿਲਾ ਕੇ ਦੇ ਦਿੱਤਾ ਗਿਆ, ਪੀਣ ਵਿੱਚ ਬੇਸਵਾਦਾ ਨਹੀਂ, ਅੰਦਰ ਜਾਂਦਿਆਂ ਬੇਹੋਸ਼ੀ ਆ ਗਈ ਹੈ, ਬੇਹੋਸ਼ੀ ਵਿੱਚ ਪ੍ਰਵਾਨ ਖਤਮ ਹੋ ਗਏ ਤਾਂ ਜ਼ਿੰਦਗੀ ਤਾਂ ਗਈ ਹੈ, ਮਗਰ ਸਰੀਰ ਨੂੰ ਤਕਲੀਫ ਕੋਈ ਨਹੀਂ ਆਈ। ਉਸ ਤੋਂ ਬਾਅਦ ਜਿਉਂ ਜਿਉਂ ਇਸਲਾਮ ਆਇਆ ਹੈ, ਇਸਲਾਮ ਨੇ ਵਿਰੋਧੀ ਨੂੰ ਸ਼ਹੀਦ ਕਰਨ ਵਿੱਚ ਵੱਧ ਵੱਧ ਤਸੀਹੇ ਦੇਣ ਦਾ ਯਤਨ ਕੀਤਾ, ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਿੰਨੇ ਤਸੀਹੇ ਦਿੱਤੇ ਗਏ ਨੇ ਔਰ ਫਿਰ ਅਰੋੜ ਰਹੇ ਨੇ, ਇਹੀ ਉਹਨਾਂ ਦੀ ਸਭ ਤੋਂ ਵੱਡੀ ਵਡਿਆਈ ਹੈ। ਅਗਲੇ ਧਰਮ ਦਾ ਤੁਰਾ ਹੈ ਈਸ਼ਵਰ, ਜਿਹੜਾ ਧਰਮ ਰੱਬ 'ਤੇ ਭਰੋਸਾ ਨਹੀਂ ਰੱਖਦਾ ਉਹ ਸਾਡਾ ਡਾਵਾਂ ਡੋਲ ਰਹਿ ਗਿਆ, ਨਿਰੰਕਾਰ 'ਤੇ ਭਰੋਸਾ। ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣਾ ਭਰੋਸਾ ਪ੍ਰਗਟ ਕਰਦਿਆਂ ਕਹਿੰਦੇ ਨੇ, ਜਾਂ ਤੂੰ ਕਰਨ ਹਾਰ ਕਰਤਾਰ ਕਿਆ ਮੋਤਾ ਜੀ ਕਿਆ ਸੰਸਾਰ, ਹੇ ਪ੍ਰਭੂ ਜਦ ਕਰਨ ਕਾਰਨ ਸਮਰੱਥ ਤੂੰ ਹੀ ਹੈ, ਮੈਂ ਦੁਨੀਆਂ ਦੇ ਲੋਕਾਂ ਦੀ ਮੁਥਾਜੀ ਕਿਵੇਂ ਕਰਾਂ, ਕੋਈ ਪੈ ਨਹੀਂ। ਉਹ ਤੋਂ ਬਾਅਦ ਪੰਜਵੇਂ ਪਾਤਸ਼ਾਹ ਦੀ ਵਾਰੀ ਆਈ ਹੈ, ਵਿਚਾਰ ਉਹੀ ਹੈ, ਸ਼ਬਦ ਆਪਣੇ ਨੇ। ਹਜ਼ੂਰ ਕਹਿੰਦੇ ਹਨ, ਜਾਂ ਤੂੰ ਮੇਰੇ ਵੱਲ ਹੈ ਚਾਹ ਚਾਹ ਮੋਸ਼ਨ, ਬਲਦੀ ਲੋਹ 'ਤੇ ਪੈਰ ਕਰਨ ਲੱਗੇ ਹਨ। ਦਾਤਾ ਨਿਰੰਕਾਰ ਨੂੰ ਯਾਦ ਕਰਕੇ ਕਹਿੰਦੇ, ਤੂੰ ਮੇਰੇ ਵੱਲ ਹੈ ਤਾਂ ਮੈਨੂੰ ਕਨੋਰ ਕਿਸ ਗੱਲ ਦੀ ਹੈ, ਕਿਵੇਂ ਬਾਈ? ਜਾਂ
ਜ਼ਖਮੀ ਤੋੜਨ ਆਈ ਆਈ ਖਾਏ ਖਾਏ ਚੜਹੰਦਾ ਲੱਗਦਾ ਸੀ ਮੇਰੀ ਨੇੜੀ ਸਭ ਸਿਰ ਹਟਣਦਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨ ਬਈ ਮੈਂ ਇਤਿਹਾਸ ਦਾ ਵਿਦਿਆਰਥੀ ਹਾਂ ਹਰ ਗੱਲ ਨੂੰ ਇਤਿਹਾਸਿਕ ਪੱਖ ਤੋਂ ਲਿਆ ਕਰਦੇ ਅਫਸੋਸ ਨਾਲ ਕਹਿਣਾ ਪੈਂਦਾ ਕਿ 500 ਸਾਲ ਬੀਤਣ ਦੇ ਬਾਅਦ ਵੀ ਨਾ ਗੁਰਬਾਣੀ ਨੂੰ ਸਹੀ ਢੰਗ ਨਾਲ ਵਿਚਾਰਿਆ ਔਰ ਪ੍ਰਚਾਰਿਆ ਇਤਿਹਾਸ ਵੱਲੋਂ ਉੱਕਾ ਹੀ ਅੱਖਾਂ ਬੰਦ ਰੱਖੀ ਗਈ ਸ਼ਰਧਾ ਹੈ ਵਿਸ਼ਵਾਸ ਹੈ ਮਰ ਗਿਆਨ ਨਹੀਂ ਹੁਣ ਸਾਡਾ ਇਤਿਹਾਸ ਪੁਰਾਤਨ ਹੈ ਤਿੰਨਾਂ ਧਿਰਿਆਂ ਨੇ ਲਿਖੇ ਮੁਸਲਮਾਨਾਂ ਨੇ ਲਿਖਿਆ ਹੈ ਸਾਨੂੰ ਗਾਲਾਂ ਕੱਢੀਆਂ ਨੇ ਕੌੜੇ ਤੇ ਕੌੜੇ ਸ਼ਬਦ ਵਰਤੇ ਨੇ ਮਗਰ ਉਹਨਾਂ ਵਿੱਚ ਸੱਚਾਈ ਪਾ ਲੈਣੀ ਬੜੀ ਸੌਖੀ ਦੂਸਰਾ ਤਰ੍ਹਾਂ ਸੀ ਪੰਡਿਤਾਂ ਦਾ ਜਾਂ ਉਹਨਾਂ ਦੇ ਮਿਲਵਰਤਨ ਕਰਨ ਵਾਲਿਆਂ ਦਾ ਸਨਾਤਨੀ ਖਿਆਲ ਆਉਂਦਿਆਂ ਦਾ ਉਹਨਾਂ ਨੇ ਸਾਡਾ ਇਤਿਹਾਸ ਲਿਖੇ ਨਵਾਬ ਕਰਨਾ ਜੇ ਸ਼ਬਦ ਕੌੜੇ ਵੀ ਲੱਗਣ ਤਾਂ ਉਹਨਾਂ ਨੇ ਪੁੱਜ ਕੇ ਸਾਡੇ ਜੜੀ ਤੇਲ ਦਿੱਤਾ ਸਾਰਾ ਯਤਨ ਇਹ ਕੀਤਾ ਗਿਆ ਕਿਸੇ ਕਿ ਹਿੰਦੂ ਹਨ ਇਸ ਤੋਂ ਵੱਧ ਕੁਝ ਨਹੀਂ ਔਰ ਪੰਡਿਤ ਦੀ ਪੂਜਾ ਇਹਨਾਂ ਵਾਸਤੇ ਲਾਜ਼ਮੀ ਤੀਸਰਾ ਧੜਾ ਆਇਆ ਪੱਛਮੀਆਂ ਦਾ ਅੰਗਰੇਜ਼ਾਂ ਦਾ ਉਹਨਾਂ ਨੇ ਸਾਡਾ ਇਤਿਹਾਸ ਲਿਖੇ ਮਗਰ ਸਾਡੀ ਸੱਭਿਅਤਾ ਤੋਂ ਧਰਮ ਤੋਂ ਜਾਣੂ ਨਹੀਂ ਸਨ ਉਹਨਾਂ ਨੇ ਇਸ ਵਾਸਤੇ ਕਈ ਗਲਤੀਆਂ ਕੀਤੀਆਂ ਹੁਣ ਮੈਂ ਕੇਵਲ ਜੋ ਸਿੱਖਾਂ ਦੇ ਨਾਮ ਥੱਲੇ ਇਤਿਹਾਸ ਲਿਖੇ ਗਏ ਨੇ ਉਹਨਾਂ ਦਾ ਜ਼ਿਕਰ ਕਰਨਾ ਚਾਹੁੰਦੇ ਅੱਜ ਤੱਕ ਇਹ ਇੰਨਾ ਹੀ ਪ੍ਰਚਾਰਿਆ ਗਿਆ ਕਿ ਚੰਦੂ ਦੀ ਲੜਕੀ ਦਾ ਰਿਸ਼ਤਾ ਜਵਾਬ ਨੇ ਮਹਾਰਾਜ ਨੇ ਛੱਡ ਦਿੱਤਾ ਮੁੱਢਲੀ ਗੱਲ ਗਲਤ ਹੈ ਰਿਸ਼ਤਾ ਪੱਕਾ ਨਹੀਂ ਹੋਇਆ ਰਿਸ਼ਤਾ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਇਸੇ ਵਾਸਤੇ ਸ਼ਹੀਦੀ ਹੋਈ ਮਗਰ ਮੇਰਾ ਨਿਸ਼ਚਾ ਹੈ ਜੇ ਇਹ ਸਵਾਲ ਖੜਾ ਨਾ ਵੀ ਹੁੰਦਾ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਫਿਰ ਵੀ ਲਾਜ਼ਮੀ ਸੀ ਕੋਈ ਸ਼ਕਤੀ ਰੋਕ ਨਹੀਂ ਸੀ ਸਕਦੀ ਇਹਦਾ ਕਾਰਨ ਜ਼ਰਾ ਕੁ ਰਾਜਨੀਤੀ ਵੱਲੇ ਝਾਤੀ ਮਾਰਨੀ ਪਏਗੀ ਇੱਕ ਪੁਰਖੇ ਰਾਜ ਅੰਦਰ ਉਹ ਬਾਦਸ਼ਾਹ ਦਾ ਰਾਜ ਹੋਵੇ ਜਾਂ ਡਿਕਟੇਟਰ ਦਾ ਰਾਜ ਹੋਵੇ ਕਿਸੇ ਵੀ ਜਥੇਬੰਦੀ ਨੂੰ ਉਹ ਰਾਜ ਕਦੇ ਪ੍ਰਵਾਨ ਨਹੀਂ ਕਰਿਆ ਕਰਦਾ ਖਾਸ ਕਰਕੇ ਧਾਰਮਿਕ ਜਥੇਬੰਦੀਆਂ ਨੂੰ ਮਲੀਆ ਮੇਟ ਕਰਿਆ ਕਰਦਾ ਹੈ ਮਗਰ ਜਿੱਥੇ ਲੋਕ ਰਾਜ ਹੋ ਜਾਏ ਵੋਟਾਂ ਦਾ ਰਾਜ ਹੋਵੇ ਉੱਥੇ ਇਹੋ ਜਿਹੀਆਂ ਧਾਰਮਿਕ ਸੰਸਥਾਵਾਂ ਪੈਦਾ ਹੁੰਦੀਆਂ ਨੇ ਸਰਕਾਰ ਉਹਨਾਂ ਦੀ ਮਦਦ ਕਰਿਆ ਕਰਦੀ ਦੋਵਾਂ ਦੇ ਕਾਰਨ ਸਮਝਣੇ ਚਾਹੀਦੇ ਇੱਕ ਪੁਰਖੇ ਰਾਜ ਵਿੱਚ ਜਾਂ ਡਿਕਟੇਟਰਸ਼ਿਪ ਵਿੱਚ ਬਗਾਵਤ ਕੇਵਲ ਜਥੇਬੰਦੀ ਕਰ ਸਕਦੀ ਜੇ ਜਥੇਬੰਦੀ ਕੋਈ ਨਹੀਂ ਬਗਾਵਤ ਕਿਵੇਂ ਹੋਏਗੀ ਉਸ ਵੇਲੇ ਮੁਗਲਾਂ ਦੇ ਰਾਜ ਵਿੱਚ ਜੇ ਸਾਰੇ ਭਾਰਤ ਅੰਦਰ
ਕੋਈ ਪੂਰਨ ਜਥੇਬੰਦੀ ਸੀ ਤਾਂ ਸਿੱਖਾਂ ਦੀ ਸੀ। ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਵਾਹਿਗੁਰੂ ਸਨ। ਇੱਥੋਂ ਤੱਕ ਮੋਹਸਨ ਫਾਨੀ ਲਿਖਦਾ ਹੈ ਕਿ ਵੱਡੇ ਤੋਂ ਵੱਡਾ ਤਗੜਾ ਵੀ ਜੇ ਸਿੱਖਾਂ ਵਿੱਚ ਹੋ ਜਾਏ ਅਦਾਲਤ ਵਿੱਚ ਜਾਣ ਦੇ ਬਜਾਏ ਮਹਾਰਾਜ ਦੇ ਸਾਹਮਣੇ ਜਾਣ ਸਨ। ਔਰ ਜੋ ਗੁਰੂ ਅਰਜਨ ਦੇਵ ਮਹਾਰਾਜ ਫੈਸਲਾ ਕਰਦੇ ਹਨ ਉਹ ਆਖਰੀ ਮੰਨਿਆ ਜਾਂਦਾ ਸੀ। ਇਤਨੀ ਮਜ਼ਬੂਤ ਜਥੇਬੰਦੀ ਹੈ ਤਾਂ ਮੁਗਲ ਹਕੂਮਤ ਕਿਵੇਂ ਬਰਦਾਸ਼ਤ ਕਰ ਸਕਦੀ ਸੀ? ਇਹਦਾ ਸਿੱਟਾ ਲਾਜ਼ਮੀ ਸੀ। ਇਹਦਾ ਹੋਰ ਵੇਰਵਾ ਮੈਂ ਅੱਗੇ ਚੱਲ ਕੇ ਕਰਾਂਗਾ ਅਤੇ ਉਸ ਤੋਂ ਬਾਅਦ ਸਾਡੇ ਸਾਹਮਣੇ ਕੀ ਆਉਂਦਾ। ਸਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਨੇ ਸਿੱਖ ਇਤਿਹਾਸ ਦੇ ਵਾਰਾਂ ਲਿਖੀਆਂ ਹਨ। ਛੇਵੇਂ ਪਾਤਸ਼ਾਹ ਤੱਕ ਉਹ ਲਿਖਦੇ ਹਨ, ਪੰਜ ਪਿਆਰੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਪਹਾੜੀ। ਪਰ ਛੇਵੇਂ ਪਾਤਸ਼ਾਹ ਤੱਕ ਭਾਈ ਗੁਰਦਾਸ ਜੀ ਨੇ ਵਾਰਾਂ ਲਿਖੀਆਂ। ਮੈਂ ਹੈਰਾਨ ਹਾਂ ਗੁਰੂ ਅਰਜਨ ਦੇਵ ਮਹਾਰਾਜ ਸ਼ਹਾਦਤ ਬਾਬਤ ਇੱਕ ਸ਼ਬਦ ਵੀ ਨਹੀਂ ਮਿਲਦਾ। ਇਹਦਾ ਕਾਰਨ ਕਹਿਣਾ ਬੜਾ ਮੁਸ਼ਕਲ ਹੈ। ਇਹ ਵੀ ਹੋ ਸਕਦਾ ਕਿ ਪਿੱਛੋਂ ਉਸ ਵਿੱਚ ਅਦਲਾ ਬਦਲੀ ਕੀਤੀ ਗਈ ਹੋਵੇ। ਪਰ ਹਰ ਹਾਲ ਹੈ ਭਾਈ ਗੁਰਦਾਸ ਜੀ ਹਜ਼ੂਰ ਦੀ ਸ਼ਹਾਦਤ ਬਾਬਤ ਕੁਝ ਨਹੀਂ ਕਹਿੰਦੇ। ਉਹ ਤੋਂ ਪਿੱਛੇ ਵਾਰੀ ਆਉਂਦੀ ਮਿਹਰਬਾਨ ਦੀ, ਜਿਸਨੇ ਮਹਾਰਾਜ ਦੀ ਜਨਮ ਸਾਖੀ ਲਿਖੀ ਹੈ, ਕ੍ਰਿਸ਼ੀ ਜਨ ਦਾ ਪੁੱਤਰ, ਉਸਨੇ ਵੀ ਕੋਈ ਜ਼ਿਕਰ ਨਹੀਂ ਕੀਤਾ। ਉਹ ਮੰਨਿਆ ਜਾ ਸਕਦਾ ਕਿਉਂ ਨਹੀਂ ਕੀਤਾ? ਕਿਉਂਕਿ ਉਹਨਾਂ ਦੇ ਮਨ ਵਿੱਚ ਈਰਖਾ ਸੀ। ਉਹ ਸਮਝੇ ਸੀ ਗੱਦੀ ਦੇ ਬਾਲਕ ਅਸੀਂ ਸਾਂ, ਸਾਡੇ ਪਾਸ ਉੱਥੇ ਪਾਤਸ਼ਾਹ ਨੇ ਜਾਣ ਬੁੱਝ ਕੇ ਰਿਆਜ਼ ਕਰਕੇ ਛੋਟੇ ਪੁੱਤਰ ਨੂੰ ਗੱਦੀ ਦੇ ਦਿੱਤੀ ਸੀ। ਮਰ ਸ਼ਹੀਦੀ ਦਾ ਅਸਰ ਉਹਨਾਂ 'ਤੇ ਵੀ ਹੋਇਆ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਉਹਨਾਂ ਸ਼ਹਾਦਤ ਦੇ ਬਾਅਦ ਪੇਸ਼ੇ ਦੀ ਔਲਾਦ ਨੇ ਗੁਰੂ ਮੰਨ ਲਏ, ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਕਦੇ ਨਹੀਂ ਮੰਨੇ। ਆਪ ਪੜ੍ਹੋ ਜਨਮ ਸਾਖੀ ਮਿਹਰਬਾਨ ਦੀ, ਉਹਦੇ ਵਿੱਚ ਪੰਜਵਾਂ ਗੁਰੂ ਗੁਰੂ ਅਰਜਨ ਦੇਵ ਜੀ, ਪਰ ਛੇਵਾਂ ਗੁਰੂ ਪਿੱਛਿਆ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨਹੀਂ। ਔਰ ਮਿਹਰਬਾਨ ਆਪਣੇ ਦਸਤ ਕਰਦਾ ਤਾਂ ਨਾਨਕ ਸੱਤ ਲਿਖਦਾ, ਮਤਲਬ ਸ਼ਹਾਦਤ ਦੇ ਬਾਅਦ ਉਹਨਾਂ ਨੇ ਗੁਰੂ ਤਾਂ ਮੰਨ ਲਿਆ ਗੁਰੂ ਅਰਜਨ ਦੇਵ ਜੀ ਨੂੰ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਹੀਂ ਮੰਨਿਆ, ਪਰ ਸ਼ਹਾਦਤ ਦਾ ਜ਼ਿਕਰ ਕੋਈ ਨਹੀਂ। ਉਹ ਤੋਂ ਬਾਅਦ ਭਾਈ ਮਨੀ ਸਿੰਘ ਸਾਹਿਬ ਜੀ ਨੇ ਲਿਖਿਆ, ਉਹਨਾਂ ਦੀ ਕੇਵਲ ਦੋ ਪੁਸਤਕਾਂ ਮਿਲਦੀਆਂ ਹਨ, ਇੱਕ ਜਨਮ ਸਾਖੀ ਹੈ, ਇੱਕ ਭਗਤ ਮਾਲ ਹੈ, ਦੋਵੇਂ ਸ਼ਹੀਦੀ ਦਾ ਕੋਈ ਜ਼ਿਕਰ ਨਹੀਂ। ਇਸਦਾ ਕਾਰਨ ਸਮੇਂ ਇੱਕ ਪ੍ਰਕਰਨ ਨਹੀਂ ਸੀ, ਇਸ ਸੰਬੰਧ ਵਿੱਚ ਲਿਖੇ ਨਹੀਂ ਸੀ ਰਹੇ। ਉਸ ਤੋਂ ਪਿੱਛੇ ਇਤਿਹਾਸਾਂ ਦੀ ਵਾਰੀ ਆਉਂਦੀ ਹੈ। ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੁਤਲਕ ਲਿਖਿਆ ਹੈ ਸੈਨਾਪਤੀ ਜੀ ਨੇ। ਸੈਨਾਪਤੀ ਜੱਟ ਸਿੱਖ ਹੈ, ਸੰਸਕ੍ਰਿਤ ਦਾ ਮਹਾਨ ਵਿਦਵਾਨ ਹੈ। ਅੰਮ੍ਰਿਤ ਪ੍ਰਚਾਰ ਹੋਇਆ ਤਾਂ ਅੰਮ੍ਰਿਤ ਛਾ ਕੇ ਸੈਨਾ ਸਿੰਘ ਬਣੇ ਹੈ, ਮਗਰ ਤਖਲ ਸੈਨਾਪਤੀ ਰਿਹਾ। ਕਿਉਂ? ਕੇਵਲ ਦਸਵੇਂ ਪਾਤਸ਼ਾਹ ਦੇ ਮੁਤਲਕ ਲਿਖਦਾ ਹੈ, ਇਸ ਵਾਸਤੇ ਉਸਨੇ ਕੋਈ ਜ਼ਿਕਰ ਨਹੀਂ ਕੀਤਾ। ਉਹ ਤੋਂ ਪਿੱਛੇ ਛੇਵੇਂ ਪਾਤਸ਼ਾਹ ਜੀ ਦਾ ਗੁਰਬਲਾਸ ਆਇਆ ਹੈ, ਤਾਂ ਉਹ ਪਹਿਲਾ ਸ਼ਖਸ ਹੈ ਜਿਸਨੇ ਮਹਾਰਾਜ ਦੀ ਸ਼ਹਾਦਤ ਬਾਬਤ ਕਿਹਾ। ਪਹਿਲੀ ਗੱਲ, ਛੇਵੇਂ ਪਾਤਸ਼ਾਹ ਦੇ ਗੁਰਬਲਾਸ ਦੇ ਲੇਖਕ ਬਾਬਤ ਵੱਖਰੀਆਂ ਵੱਖਰੀਆਂ ਰਾਵਾਂ ਨੇ। ਪਾਤਸ਼ਾਹ ਬਾਗ ਬੜਾ ਤਿੰਨ ਨਾਂ ਲਿਖਦਾ, ਜਿਹਦੇ ਭਾਈ ਦਇਆ ਸਿੰਘ ਦਾ ਨਾਮ ਵੀ ਲਿਖਦਾ ਲੇਖਕ ਵਜੋਂ, ਜੋ ਗਲਤ ਹੈ। ਗਿਆਨੀ ਇੰਦਰ ਸਿੰਘ ਨੇ ਸੋਹਣ ਲਿਖਿਆ ਹੈ ਕਵੀ, ਮਗਰ ਮੈਂ ਉਸ ਨਾਲ ਮੁੱਛੇ ਕਿ ਨਹੀਂ, ਕਿਉਂਕਿ ਇੱਥੇ ਸੋਹੇ ਨਾਂ ਔਰ ਮੋਹੇ ਨਾਂ ਦੋ ਪਾਠ ਹਨ ਜਿਹੜੇ ਨਾਮ ਦਾ ਅਰਥ ਨਹੀਂ ਦਿੰਦੇ। ਮੇਰੇ ਨਿਸ਼ਚੇ ਮੁਤਾਬਕ ਉਸਦਾ ਲੇਖਕ ਭਗਤ ਸਿੰਘ ਹੈ। ਖੈਰ, ਲੇਖਕ ਕੋਈ ਵੀ ਹੋਵੇ, ਕੋਈ ਫਰਕ ਨਹੀਂ। ਤੋ ਮਹਾਰਾਜ ਦੇ ਮੁਤਲਕ ਪਹਿਲੀ ਗੱਲ ਇਹ, ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਉਹ ਭੰਗ ਪੀਣਿਆ ਸਾਬਤ ਕਰਦਾ। ਤੀਸਰਾ ਪੈਰ ਹੋਇਆ ਦਿਹਾੜੀ ਦਾ, ਭੰਗ ਰਗੜਾਈ ਔਰ ਪੀਤੀ ਹੈ। ਅਸਲ ਵਿੱਚ ਇਹ ਲੋਕ ਆਪ ਭੰਗ ਪੀਂਦੇ ਸਨ, ਉਹਨਾਂ ਨੇ ਗੁਰੂ ਸਾਹਿਬਾਨ ਦੇ ਨਾਂ ਥੱਲੇ ਵੀ ਲਿਖ ਦਿੱਤਾ ਵੀ ਉਹ ਭੰਗ ਪੀਂਦੇ ਸਨ। ਗੁਰੂ ਨਾਨਕ ਦੇਵ ਮਹਾਰਾਜ ਦੇ ਮੁਤਲਕ ਲਿਖੇ ਹੈ, ਪੰਜਵੇਂ ਪਾਤਸ਼ਾਹ ਦੇ ਮੁਤਲਕ ਲਿਖੇ ਹੈ, ਛੇਵੇਂ ਪਾਤਸ਼ਾਹ ਦੇ ਮੁਤਲਕ ਲਿਖੇ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੁਤਲਕ ਵੀ ਲਿਖੇ ਹੈ। ਮਗਰ ਯਕੀਨ ਕਰੋ ਖਾਲਸਾ ਜੀ, ਇਹੋ ਜਿਹੀਆਂ ਸ਼ਖਸੀਅਤਾਂ ਨਸ਼ਿਆਂ ਦੀ ਗੁਲਾਮ ਕਦੇ ਨਹੀਂ ਹੋਇਆ ਕਰਦੀਆਂ। ਖੈਰ, ਜਿੱਥੋਂ ਤੱਕ ਸ਼ਹੀਦੀ ਦੀ ਗੱਲ ਹੈ, ਉਹ ਕਹਿੰਦਾ ਗ੍ਰਿਫਤਾਰ ਕਰਕੇ ਪਹੁੰਚਾਏ ਗਏ, ਉਹਨਾਂ ਨੂੰ ਚੰਦੂ ਨੇ ਦੇਗ ਵਿੱਚ ਉਬਾਲੇ ਅਤੇ ਦੇਗ ਠੰਡੀ ਹੋ ਗਈ, ਫਿਰ ਲੋਹ 'ਤੇ ਬਿਠਾ ਕੇ ਤਪਾਇਆ ਤਾਂ ਲੋਹ ਵੀ ਠੰਡੀ ਹੋ ਗਈ। ਇਹ ਅਸਾਂ ਇਸਲਾਮ ਤੋਂ ਕਹਾਣੀ ਲਈ, ਕਿਉਂਕਿ ਇਸਲਾਮ ਕਹਿੰਦਾ ਹੈ ਨਮਰੂਦ ਨੇ ਅੰਜਾਰਾਂ ਦਾ ਫਰਸ਼ ਵਿਛਾ ਦਿੱਤਾ, ਇਬਰਾਹੀਮ ਨੂੰ ਹੁਕਮ ਹੋਇਆ ਤੈਨੂੰ ਖੁਦਾ ਦੇ ਭਰੋਸੇ ਛਾਲ ਮਾਰ ਦੇ, ਉਹਨੇ ਛਾਲ ਮਾਰੀ ਹੈ, ਅੰਗਿਆਰਾਂ ਦੇ ਫੁੱਲ ਬਣ ਗਏ। ਉਧਰ ਪੈ ਰਾਤ ਦਾ ਥੰਮ ਕੀੜੀ ਬਣ ਕੇ ਆਇਆ ਠੰਡਾ ਹੋਇਆ। ਇਹ ਕਹਾਣੀ ਸਾਡੇ ਲੇਖਕਾਂ ਨੇ ਚੁਰਾਈ ਹੈ, ਕੁਝ ਇਸਲਾਮ ਤੋਂ ਔਰ ਕੁਝ ਹਿੰਦੂ ਮਤ। ਇਸ ਬਾਬਤ ਦੋ ਮਿੰਟ ਕਹਿਣਾ ਚਾਹੁੰਦਾ ਭਾਈ, ਕਾਦੀਆਂ ਵਿੱਚ ਮੈਂ ਲੈਕਚਰ ਦੇ ਰਿਹਾ ਸੀ, ਇੱਕ ਵਿਦਵਾਨ ਮਰਦਈ ਉੱਠ ਕੇ ਕਹਿੰਦਾ ਤੁਸੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਈਸ਼ਵਰ ਦਾ ਪਿਆਰਾ ਮੰਨਦੇ ਹੋ, ਤਾਂ ਕਹਿੰਦੇ ਲੋਹ ਤੇ ਸਰਦੇ ਸੀ, ਈਸ਼ਵਰ ਉਹਨਾਂ ਦੀ ਸਹਾਇਤਾ ਵਾਸਤੇ ਕਿਉਂ ਨਹੀਂ ਆਇਆ? ਕਿਉਂਕਿ ਸਾਡਾ ਖੁਦਾ ਦਾ ਰਸੂ ਖੁਦਾ ਦਾ ਮਿਹਰਬਾਨ ਸੀ, ਮਿੱਤਰ ਸੀ,
خلیل اللہ خلیل اللہ ارتھ ہے دوست ابراہیم نو بچاؤن واسطے خدا نے انگیاراں نو پھلاں کے بدل دیتا ہے تیرے لا دی شروع پوت ہے تھم ٹھنڈا ہو گئے گرو ارجن دیو جی جی شروع دے پگ سن انہوں نے لو ٹھنڈی کیوں نہیں ہوئی میں کیا سوال بڑا معقول ہے مگر دو منٹ جواب واسطے چاہنا ایک سوال کرنا چاہتا ہاں سالانہ امتحان تو پہلا سکولوں کی انسپیکشن ہوں آدھے انسپیکٹر سوال لکھانے ساری جماعت نو اصل بچوں کا امتحان نہیں ہوں استاد کا امتحان ہوں اور فیل کنے نے وہ پاس کنے ہیں تو استاد کی کرتا ہے وہ پارا سے پھر رہے ظاہرہ طور سے بچوں کی نگرانی کر رہے مگر ویخ رہے انہیں سلیکٹوں سے ایک بچے کا سوال غلط ہے درخت پچھے پیر کا تھوڑا مار کے کہنا سیدھا ہو بیٹھو آسے پاس کدھر بہنا ہے سمجھ لڑکے بلے وے اوڑ بار دنیا سارا چل رہے آئے ہیں بچہ سمجھ لینا میرا سوال غلط ہے موڈی ادی ویخ کے اگلے دن نقل کر کے سوال کٹ لینا ہے پاس ہو گئے میرے ایک استاد ہے جس نے اپنی آتما کھول کے اپنے شاگرد پائی ہے وہ کہے گا انسپیکٹر صاحب میں نہیں جانا گا کلاس میں مینو مان ہے اپنے شاگرد سے کوئی سوال کرو جواب دیں گے بھائی دونوں پاس ہو جاندے جڑے استاد کی مدد نال پاس نے وہ بھی پاس ہیں جڑے اپنی ہمت نال پاس ہیں وہ بھی پاس ہیں میں مولوی کی دسو دعا تو چنگے کہہ رہے کہہ رہے بھائی چنگے تو ہی مننا پڑے گا جو بغیر کسی رعایت دے پاس ہو گئے میں کہ یہی تمہارا سوال ہے خدا نو یقین نہیں سی کہ ابراہیم انگارا کا سار سہار سکے گا ایشور بھروسہ نہیں سی کہ پریلال بہت تھما مجفی پا لے گا جدا سٹا یہ نکلیا ہے نہ پریلال دوسرا پیدا ہوا نہ ابراہیم پیدا ہوا مگر گرو ارجن دیو مہاراج نو بھیجن والے نو یہ یقین سی میرا پہلوان ہر مصیبت کا ٹاکرا کرنے واسطے تیار ہوئے گا وہ دیکھ ابلتی رہے لو سردی رہے کہ لو تے بہ کے کہہ دے گا تیرا کیا میٹھا لاگا ہے یہ نام پدارتھ نانک مانگے میرا یقین ہے خالصہ جی جی گرو ارجن دیو مہاراج کی لو ٹھنڈی ہو جاندی تو مڑ کے بھائی جالا پیدا ہوں بھائی منی سنگھ پیدا ہوں بھائی تارو سنگھ پیدا ہوں شہر لنگندے پار گوری منگیری گرو ہر پنجویں پاتشاہ نے ثابت کر دیتا ہے کہ بلوان آتما شریر سردا بھی رہے مارے یا روڑ رہ سکتی ہے اس کو وڈی قربانی کی ہے مگر پال سنگھ لکھتا ہے لو ٹھنڈی ہو گئی ڈیگ ٹھنڈی ہو گئی اہیر گو کا چمڑا لیا تو پھر گھبرا کے مہاراج نے کیا ہوں ترم چلیا جائے گا راوی بچ اشنان کرنے کے بہانے جوتی جو سما گئے ہیں دسو اس کو شہیدی منو گے کتنا ہنیر مارے اس کے بعد واری آؤں ہے کیسر سنگھ شبر دی جس نے منصابلی نامہ لکھے پہلے اتوں کوئی انرتھ کرتا ہے کہ گرو ارجن دیو مہاراج پانڈو دے ارجن کا اوتار سن کتنی ویڈی نرادری ہے ارجن مہان پرش نہیں جس کو اپنے پتا کا بھی پتا نہیں کون ہو کتنا مہان ہو سکتا ہے کیونکہ میرا دعویٰ ہے ماں بھارت کے قسم انسار پنجے پانڈو پانڈو کی اولاد نہیں سن خیر چلنا ویری تگڑا نہیں ارجن کا شاگرد ہے ارجن کا کرشن کا سیوک ہے ارجن گرو ارجن دیو مہاراج جی نو اس پانڈو دے ارجن کا اوتار کہنا اس کو ویڈی نرادری کی ہو سکتی ہے پھر شبر لکھتا ہے لوکاں نے پوچھا مہاراج سارا پرا پرچیا یہی تا ورودھ کر رہا ہے ایسا کیوں ہے مہاراج انتر دھیان ہو کے دیکھتے ہیں کہ کہتے ہیں بھائی پرچیے نے ساسو بدلا لینا سی ابھی وہ بدلا دن واسطے آئے ہاں صاف صاف کر رہے ہیں تو بدلا کیویں ہوا تو شبر لکھتا ہے ماں بھارت میں کہانی آؤں اگن دیوتے بھوک لگی جنگل ساڑنا چاہتا ہے اس نے پرارتھنا کی اندر کے سامنے بدل بن کے میہ ملنا شروع ہو جاتا ہے اگ نہیں لگ سکتی اگن دیوتا کرشن کے سامنے جا کے پرارتھی ہوئے تو ارجن اور کرشن تنخ بان لے کے وہی مدد واسطے گئے جس ویسے بدل آتے ہیں بارہ کی ورخا کر کے بدلوں کو روک دے ہیں تو اگ نے سارا جنگل ساڑ دیتا کہ مہاراج کہنے نے اتنے ایک بار سا تیر نشانے اک کے ایک چاڑی میں بیٹھے شہر جا بج شہر نے کیا میرے نا ارتھ ہے مینو بنا کارن کیوں مارے ہے میں بدلا لوا گا تو گردیو کے منہ اخوایا کہ وہ سیا پرتھی بن کے آیا پرتھی چند بن کے آیا اور وہ پانوا کا ارجن گرو ارجن بن کے آئے ہیں اس واسطے پرتھی بدلا رہے ہیں جی پاپ کا بدلا ہے تو شہید کی قیمت رہ جاتی کوئی قیمت نہیں رہ جاتی خیر میرا مطلب کہنے تو کہ انرتھ کیتے گئے کہ پھر شبر لکھتا ہے کہ چندو نے مہاراج جی جوڑ کے بریٹے اتنے سر دیتا ہے ایک مل لنگیا جانا مسلمان انہیں حضور کے سر پتھر ماریا اس واسطے مہاراج شہید ہو گئے
ਦੱਸੋ ਕਿਸ ਗੱਲ ਨੂੰ ਸੱਚੀ ਮੰਨੋਗੇ? ਹੁਣ ਸੂਰਜ ਪ੍ਰਕਾਸ਼ ਦੀ ਗੱਲ ਹੈ, ਇੱਕ ਪਾਸੇ ਸੂਰਜ ਪ੍ਰਕਾਸ਼ ਮਹਾਰਾਜ ਜੀ ਨੂੰ ਸਾਬਤ ਕਰਦਾ ਚੰਦੂ ਇਹ ਕਹਿਣ ਤੇ ਕਿ ਜੁਰਮਾਨਾ ਹੋਇਆ, ਗ੍ਰਿਫਤਾਰ ਕਰਕੇ ਲਿਆਂਦੇ ਗਏ, ਪਰ ਝਗੜਾ ਇੱਥੇ ਵੀ ਹੋਈ ਹੈ, ਦੇਗ ਠੰਡੀ ਹੋ ਜਾਂਦੀ ਹੈ ਤੇ ਲੋਹ ਤੇ ਛਾਲੇ ਪੈ ਜਾਂਦੇ। ਜੋ ਮੈਂ ਗੱਲ ਕਹਿ ਰਿਹਾ ਮੇਰੇ ਸਾਹਮਣੇ ਪਈਆਂ ਨੇ ਕਿਤਾਬਾਂ ਸਿੱਖ ਇਤਿਹਾਸ ਦੇ ਸੋਮੇ, ਜੋ ਜਿਸ ਇਤਿਹਾਸ ਚੋਂ ਮਿਲਿਆ ਉਸਦੇ ਸਹੀ ਸ਼ਬਦ ਵੀ ਦਿੱਤੇ ਹਨ ਔਰ ਉਹਨਾਂ ਤੇ ਆਪਣੇ ਖਿਆਲ ਵੀ ਦਿੱਤੇ ਹਨ। ਤਾਂ ਮੇਰਾ ਕਹਿਣ ਤੋਂ ਮਤਲਬ ਅਸੀਂ ਤੇ ਜ਼ੋਰ ਉਸੇ ਗੱਲ ਤੇ ਦਿੱਤਾ ਗਿਆ ਹੈ ਕਿ ਚਮੜੇ ਵਿੱਚ ਮਠਾ ਕੇ ਨਹੀਂ ਤਾਂ ਮਾਰ ਦਿੱਤੇ ਜਾਓਗੇ, ਮਹਾਰਾਜ ਨੇ ਕਿਹਾ ਧਰਮ ਚੱਲਿਆ ਜਾਏਗਾ। ਇਸ ਵਾਸਤੇ ਦਰਿਆ ਵਿੱਚ ਰਾਵੀ 'ਚ ਇਸ਼ਨਾਨ ਕਰਕੇ ਕੁਬੀ ਲਾ ਕੇ ਸਮਾਪਤ ਹੋ ਗਏ ਨੇ, ਜੋਤੀ ਜੋ ਸਮਾ ਗਏ ਨੇ। ਤਾਂ ਵਿਰੋਧੀ ਕਹੇਗਾ ਕਿ ਚਮੜੇ ਵਿੱਚ ਸੁੱਖ ਸੁੱਖ ਕੇ ਮਰਨ ਦੇ ਪੈ ਤੋਂ ਮਹਾਰਾਜ ਜੀ ਨੇ ਦਰਿਆ ਵਿੱਚ ਡੁੱਬ ਕੇ ਆਤਮਘਾਤ ਕੀਤਾ ਹੈ, ਕਿ ਇਹ ਸ਼ਬਦ ਕਰਨਾ ਚਾਹੁੰਦੇ ਸਨ। ਮੈਂ ਕਈ ਵਾਰ ਸੋਚਿਆ ਕਰਦਾ ਕਿ ਜੇ ਜਹਾਂਗੀਰ ਫੁਲਕੇ ਜਹਾਂਗੀਰੀ ਵਿੱਚ ਆਪਣੀ ਕਲਮ ਨਾਲ ਲਿਖ ਜਾਂਦਾ ਕਿ ਮੈਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜੋ 5-4 ਪੀੜ੍ਹੀਆਂ ਤੋਂ ਚੋਰ ਦੀ ਦੁਕਾਨ ਚੱਲੀ ਆ ਰਹੀ ਸੀ, ਕਹਿੰਦਾ ਸੀ ਇਸ ਨੂੰ ਵਸਤਰਾ ਵਾਸਤੇ ਬੰਦ ਕਰ ਦਿੱਤਾ ਜਾਏ ਜਾਂ ਉਸਨੂੰ ਮੁਸਲਮਾਨ ਬਣਾ ਲਿਆ ਜਾਏ। ਅਸੀਂ ਜਹਾਂਗੀਰ ਲਿਖਦਾ ਹੈ, ਮੈਂ ਹੁਕਮ ਦਿੱਤਾ ਹੈ ਮਹਾਰਾਜ ਦਾ ਘਰ ਘਰ ਜ਼ਬਤ ਕਰ ਲਵੋ, ਉਹਨਾਂ ਦੇ ਬਾਲ ਬੱਚੇ ਗ੍ਰਿਫਤਾਰ ਕਰ ਲਵੋ ਔਰ ਉਹਨਾਂ ਨੂੰ ਸਿਆਸਤ ਔਰ ਯਾਸਾ ਦੇ ਕਾਨੂੰਨ ਅਧੀਨ ਗੇਦਾਰ ਸਾਹਿਬ ਤਰਸਾ ਕੇ ਜਾਨ ਲੈਣੀ, ਵੱਧ ਤੋਂ ਵੱਧ ਤਸੀਹੇ ਦੇ ਕੇ ਜਾਨ ਲੈਣੀ, ਇਸ ਤਰ੍ਹਾਂ ਸ਼ਹੀਦ ਕੀਤਾ ਜਾਏ। ਤਾਂ ਸਰੀਰ ਦੇ ਸੜਨ ਦੇ ਬਾਅਦ ਜਾਣਦੇ ਹੋ ਮੇਰੀਆਂ ਬੱਚੀਆਂ ਛੇਤੀ ਸਰ ਸਕਣਗੀਆਂ, ਜ਼ਰਾ ਕਾਗਜ਼ ਨਾਲ ਛਾਲਾ ਪੈ ਜਾਏ ਉਹਦੇ 'ਤੇ ਪਾਣੀ ਪਾਓ, ਜਲਨ ਕਈ ਗੁਣਾ ਵਧੇਗੀ। ਤੋ ਸੜੇ ਥਾਂ 'ਤੇ ਪਾਣੀ ਪੈਣ ਨਾਲ ਤਕਲੀਫ ਵਧੇਰੇ ਹੁੰਦੀ ਹੈ, ਸੜੇ ਸਰੀਰ ਨੂੰ ਹੁਕਮ ਨਾਲ ਰਾਵੀ ਸੁਟਾ ਦਿੱਤਾ ਗਿਆ ਤਾਂ ਕਿ ਤਕਲੀਫ ਵਧੇ। ਗਿਆਨ ਰਤਨ ਸਿੰਘ ਪੰਗੂ ਲਿਖਦਾ ਹੈ ਗੁਰੂ ਅਰਜਨ ਦਰਿਆਏ ਨਾ ਬੋਲਿਓ, ਕਿ ਗੁਰੂ ਅਰਜਨ ਨੂੰ ਦਰਿਆ ਵਿੱਚ ਨਹੀਂ ਸੁੱਟਿਆ ਗਿਆ। ਸੋਹਣ ਲਾ ਲਿਖਦਾ ਹੈ ਦਰ ਬਹਿ ਰਾਵੀ ਅੰਦਾਸਤਨ, ਫਾਰਸੀ ਹੈ, ਰਾਵੀ ਦੇ ਵਿੱਚ ਸੁੱਟਿਆ ਗਿਆ, ਹੁਕਮ ਸੁਟਾਇਆ ਗਿਆ ਹੈ, ਮਹਾਰਾਜ ਜੀ ਨੇ ਆਦ ਛਿਆ ਨਹੀਂ ਕੀਤੀ। ਸਵਾਲ ਪੈਦਾ ਹੁੰਦਾ ਹੈ ਸਿਧਾਂਤ ਦਾ, ਭਗਤ ਕਬੀਰ ਜੀ ਨੇ ਬਹੁਤ ਉੱਤਮ ਸਿਧਾਂਤ ਦਿੱਤਾ ਹੈ, ਮਰਤਾ ਮਰਤਾ ਜਗ ਮੂਆ, ਮਰ ਵੀ ਨਾ ਜਾਣਿਆ ਕੋਏ, ਐਸੇ ਮਰਨੇ ਜੋ ਮਰੇ ਬਾਹਰ ਨਾ ਮਰਨਾ ਹੋਏ। ਸਾਰੇ ਕਿਹੋ ਜਿਹਾ ਮਰਨਾ ਹੈ, ਜਿਹਦੇ ਬਾਅਦ ਦੁਬਾਰਾ ਮਰਨਾ ਨਹੀਂ ਹੁੰਦਾ। ਸਹੀ ਅਰਥਾਂ ਵਿੱਚ ਗੁਰਬਾਣੀ ਜਾਂ ਧਾਰਮਿਕ ਸਾਹਿਤ ਕਿਸੇ ਵੀ ਧਰਮ ਦੀ ਆਤਮਾ ਹੋਇਆ ਕਰਦੀ ਔਰ ਇਤਿਹਾਸ ਉਹਦਾ ਸਰੀਰ ਹੋਇਆ ਕਰਦਾ। ਤਾਂ ਇਹਦੀ ਆਤਮਾ ਨਿਕਲ ਜਾਏ ਸਰੀਰ ਲੋਕ ਵੀ ਬਦਲ ਜਾਂਦਾ, ਪਰ ਜੇ ਸਰੀਰ ਨਾ ਹੋਵੇ ਆਤਮਾ ਦੀ ਵੀ ਕੋਈ ਨਿਸ਼ਾਨੀ ਨਹੀਂ ਹੁੰਦੀ, ਲੋਕ ਹੋਇਆ ਕਰਦੀ। ਜਿਸ ਨੂੰ ਜੀਵਨ ਕਹਿੰਦੇ ਹਾਂ ਇਹ ਆਤਮਾ ਔਰ ਸਰੀਰ ਦਾ ਮਿਲਾਪ ਹੈ। ਇਸੇ ਤਰ੍ਹਾਂ ਕੌਮ ਦੀ ਜ਼ਿੰਦਗੀ ਧਾਰਮਿਕ ਸਾਹਿਤ ਔਰ ਇਤਿਹਾਸ ਦੋਵਾਂ ਚੀਜ਼ਾਂ 'ਤੇ ਨਿਰਭਰ ਹੋਇਆ ਕਰਦੀ ਹੈ। ਕਬੀਰ ਪੰਥੀਆਂ ਕੋਲ ਆਪਣੀ ਬਾਣੀ ਹੈ, ਆਦ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਭਗਤਾਂ ਨੂੰ ਉਹਨਾਂ ਨੇ ਵਧੇਰੇ ਬਾਣੀ। ਕਬੀਰ ਪੰਥੀਆਂ ਦੀ ਸ਼ਾਇਦ ਗਿਣਤੀ ਵੀ ਭਾਰਤ ਵਿੱਚ ਸਿੱਖਾਂ ਨਾਲੋਂ ਘੱਟ ਨਹੀਂ ਹੈ, ਮਗਰ ਸਿੱਖਾਂ ਵਰਗਾ ਚਰਚਾ ਕਿਉਂ ਨਹੀਂ? ਉਹਨਾਂ ਕੋਲ ਸਾਡੇ ਵਰਗਾ ਇਤਿਹਾਸ ਕੋਈ ਨਹੀਂ। ਗੁਰਦੇਵ ਲਿਖਵਾ ਰਹੇ ਸਨ, ਭਾਈ ਗੁਰਦਾਸ ਜੀ ਲਿਖ ਰਹੇ ਸਨ, ਐਸੇ ਮਰਨੇ ਜੋ ਮਰੇ ਬਾਹਰ ਨਾ ਮਰਨਾ ਹੋਏ। ਹਰੂ ਇੱਕ ਮਿੰਟ ਖਾਮੋਸ਼ ਹੋ ਗਏ, ਪੁੱਛਣ ਲੱਗੇ ਭਾਈ ਸਾਹਿਬ ਮਹਾਰਾਜ ਅੱਗੇ ਫੁਰਮਾਈਏ, ਭਾਈ ਸਾਹਿਬ ਜੀ ਹੋ ਕਬੀਰ ਜੀ ਨੇ ਮਨੁੱਖ ਦੇ ਸਾਹਮਣੇ ਬਹੁਤ ਵੱਡੀ ਸਮੱਸਿਆ ਰੱਖੀ ਹੈ, ਬਹੁਤ ਵੱਡੀ ਵੰਗਾਰ ਰੱਖੀ ਹੈ, ਸੋਚ ਰਿਹਾ ਕਿਹੋ ਜਿਹਾ ਮਰਨਾ, ਇਹਦੇ ਬਾਅਦ ਮਰਨਾ ਪਾਈ ਨਿਕਲ ਜਾਏ, ਸਮਾਂ ਆਇਆ ਬਾਦੀ ਲੋਕ ਤੇ ਚੜ੍ਹਨ ਟਕਾਉਂਦੇ ਆ। ਹਜ਼ੂਰ ਕਹਿੰਦੇ ਕਬੀਰ ਐਸੇ ਮਰਨੇ ਜੋ ਮਰੇ, ਸੋ ਸ਼ਾਇਰ ਆਪਣੇ ਸ਼ਬਦਾਂ ਵਿੱਚ ਪ੍ਰਗਟ ਕਰ ਰਿਹਾ ਕਬੀਰ ਐਹਾ ਮੌਤ, ਜਿਹਦੇ ਬਾਅਦ ਮੌਤ ਦਾ ਪੈ ਨਿਕਲ ਜਾਂਦਾ।
ਸਿੱਖੀ ਦੀ ਬੁਨਿਆਦ ਹੈ ਹੁਕਮ ਰਜ਼ਾਈ ਚੱਲਣਾ, ਪਾਣੀ ਵਿੱਚ ਪ੍ਰਸੰਨ ਰਹਿਣਾ। ਇਹ ਗੱਲ ਕਹਿਤੇ ਰੱਖੋ ਖਾਲਸਾ ਜੀ, ਪਾਣਾ ਔਰ ਤਕਦੀਰ ਦੋਵੇਂ ਚੀਜ਼ਾਂ ਇੱਕ ਨਹੀਂ ਹਨ। ਵਾਰਸ ਆਪਣੀ ਕਿਤਾਬ ਵਿੱਚ ਇੱਕ ਜਗ੍ਹਾ ਲਿਖਦਾ ਹੈ, ਵਾਰਸ ਨਬੀ ਦਾ ਦੰਦ ਸ਼ਹੀਦ ਹੋਇਆ, ਤਕਦੀਰ ਨਾ ਕਹੇ ਤੋ ਤਲੀ ਹੈ ਜੇ। ਤਕਦੀਰ ਹੈ, ਤਕਦੀਰ ਉਸਨੂੰ ਕਹਿੰਦੇ ਨੇ ਜੋ ਆਪਣੇ ਕੀਤੇ ਕਰਮਾਂ ਦਾ ਫਲ ਹੋਵੇ। ਨਾਰਾਇਣ ਨਿੰਦ ਸਕਾਇ ਬੁਲੀ ਗੁਵਾਰੀ, ਦੁਕਰੇ ਤੇ ਸੁਕਰੇ ਤੇ ਥਾਰੋ ਕਰਮਰੀ। ਆਪਣੇ ਕਰਮਾਂ ਦਾ ਫਲ ਚੰਗਾ ਵੀ ਔਰ ਮਾੜਾ ਵੀ, ਇਸ ਨੂੰ ਤਕਦੀਰ ਕਿਹਾ ਜਾਂਦਾ। ਅਸਲ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਤਨੀ ਗਹਿਰਾਈ ਵਿੱਚ ਜਾ ਕੇ ਕੁਝ ਲਿਖੇ ਹੈ, ਅਕਲ ਹੈਰਾਨ ਰਹਿ ਜਾਂਦੀ। ਅਸੀਂ ਪੜ੍ਹਦੇ ਰੋਜ਼ ਹਾਂ, ਵਿਚਾਰ ਨਾ ਕਦੇ ਯਤਨ ਨਹੀਂ ਕਰਿਆ ਕਰਦੇ। ਹਜ਼ੂਰ ਲਿਖਦੇ ਹਨ, ਕਾਹੂ ਫਲ ਕੀ ਇੱਛਾ ਨਹੀਂ ਬਣਛੈ, ਕੇਵਲ ਭਗਤ ਕੀਰਤਨ ਸੰਗ ਰਚੈ, ਕਿਸੇ ਫਲ ਦੀ ਇੱਛਾ ਨਾ ਕਰੋ। ਇੰਗਲੈਂਡ ਵਿੱਚ ਇੱਕ ਜਗ੍ਹਾ ਮੈਂ ਲੈਕਚਰ ਦਿੱਤਾ ਅਤੇ ਪ੍ਰਕਰਨ ਆਇਆ ਵਿੱਚ ਮੈਂ ਕਹਿ ਦਿੱਤਾ ਕਿ ਗੁਰੂ ਅਰਜਨ ਦੇਵ ਮਹਾਰਾਜ ਗੀਤਾ ਦੇ ਮਹਾਨ ਵਿਦਵਾਨ ਸਨ। ਔਰ ਮੈਂ ਮੰਨਦਾ ਹਾਂ ਸੁਖਮਨੀ ਸਾਹਿਬ ਪੜ੍ਹਨ ਦੇ ਬਾਅਦ, ਮੈਂ ਗੀਤਾ ਵੀ ਪੜ੍ਹੀ ਹੈ, ਸੁਖਮਨੀ ਸਾਹਿਬ ਵੀ ਪੜ੍ਹੇ ਹੈ, ਤਾਂ ਦੁਆਵਾਂ ਦਾ ਸੰਬੰਧ ਹੈ? ਮੇਰੇ ਤੇ ਕਿਸੇ ਸਵਾਲ ਕੀਤਾ, ਫਿਰ ਦੁਆ ਵਿੱਚ ਫਰਕ ਕਿੰਨਾ ਕੁ ਹੈ? ਮੈਂ ਕਿਹਾ ਬੜਾ ਥੋੜ੍ਹਾ ਜਿਹਾ। ਕਹਿੰਦੇ ਫਿਰ ਵੀ ਮੈਂ ਜਿੱਥੇ ਗੀਤਾ ਖਤਮ ਹੁੰਦੀ ਹੈ ਉੱਥੋਂ ਸੁਖਮਨੀ ਸਾਹਿਬ ਆਰੰਭ ਹੋ ਜਾਇਆ ਕਰਦਾ। ਸੋ ਸੰਸਾਰ ਭਰ ਦੇ ਧਰਮਾਂ ਦਾ ਜੋ ਅੰਤ ਹੈ ਸਿੱਖੀ ਸ਼ੁਰੂ ਉੱਥੋਂ ਹੁੰਦੀ। ਤਾਂ ਭਗਵਾਨ ਕ੍ਰਿਸ਼ਨ ਲਿਖਦੇ ਨੇ ਗੀਤਾ ਵਿੱਚ, ਹੇ ਅਰਜਨ ਤੂੰ ਕਰਮ ਕਰ, ਕਰਮ ਦਾ ਫਲ ਤੈਨੂੰ ਮੈਂ ਦਿਆਂਗਾ। ਤਾਂ ਫਲ ਦਾ ਲਾਰਾ ਹੈ, ਲਾਰੇ ਤੇ ਕਰਵਾਇਆ ਗਿਆ ਕਰਨ। ਜੇ ਗਹਿਰਾਈ ਵੀ ਜਾਈਏ, ਗੀਤਾ ਰਿਗਵੇਦ ਦੀ ਉਲੰਘਣਾ ਕਰ ਰਹੀ ਹੈ, ਰਿਗਵੇਦ ਦਾ ਨਿਰਾਦਰ ਕਰ ਰਹੀ ਹੈ ਜਾਂ ਵਿਰੋਧ ਕਰ ਰਹੀ ਹੈ? ਕਿਉਂਕਿ ਰਿਗਵੇਦ ਵਿੱਚ ਹਰ ਕਰਮ ਦਾ ਫਲ ਨਿਯਤ ਹੈ। ਇਹ ਜਗ ਇਸ ਤਰ੍ਹਾਂ ਕਰ ਦੇਗਾ, ਆਹ ਫਲ ਮਿਲ ਜਾਏਗਾ, ਆਹ ਕਰਮ ਇਸ ਤਰ੍ਹਾਂ ਕਰ ਦੇਗਾ, ਆਹ ਫਲ ਮਿਲ ਜਾਏਗਾ। ਮਜ਼ਦੂਰੀ ਪਹਿਲਾਂ ਹੀ ਨਿਸ਼ਚਿਤ ਹੈ, ਪਰ ਗੀਤਾ ਵਿੱਚ ਨਿਸ਼ਚਿਤ ਨਹੀਂ। ਲਾਰਾ ਜ਼ਰੂਰ ਹੈ, ਤੂੰ ਕਰਮ ਕਰ, ਮੈਂ ਫਲ ਦੇਵਾਂਗਾ। ਪੰਜਵੇਂ ਪਾਤਸ਼ਾਹ ਕਹਿੰਦੇ ਨੇ ਕਾਹੂ ਫਲ ਕੀ ਇੱਛਾ ਨਹੀਂ ਬਣਛ ਹੈ, ਇਹ ਕਹਿੰਦੇ ਫਲ ਦੀ ਇੱਛਾ ਹੈ ਨਾ ਲਿਆ। ਹੁਣ ਇਹਦੇ ਵਿੱਚ ਮੈਨੂੰ ਇਤਿਹਾਸ ਵੀ ਜਾਪਦਾ ਅਤੇ ਆਦਮਵਾਦੀ ਕੇਵਲ ਗੁਰਬਾਣੀ ਨੂੰ ਪੜ੍ਹੇਗਾ ਤਾਂ ਇਸ ਤੋਂ ਅੱਗੇ ਨਹੀਂ ਜਾਏਗਾ ਆਤਮਕ ਕਲਿਆਣ ਤੱਕ। ਮੇਰੇ ਸਾਹਮਣੇ ਇਤਿਹਾਸ ਵੀ ਹੈ, ਫਲ ਕਿਉਂ ਨਾ ਮੰਗਿਆ ਜਾਏ? ਸਾਡਾ ਇਤਿਹਾਸ ਪੜ੍ਹੋ ਵੀ, ਕਈ ਵਾਰ ਸ਼ੁਭ ਕਾਮਨਾ ਨਾਲ ਮੰਗੇ ਹੋਏ ਫਲ ਵੀ ਸਿੱਟਾ ਬੁਰਾ ਕੱਢਿਆ ਕਰਦੇ ਨੇ। ਸ਼ੁਭ ਕਾਮਨਾ ਨਾਲ ਮੰਗੀ ਹੈ, ਮੰਗ ਕੀਤੀ ਹੈ, ਪਰ ਉਹਦਾ ਸਿੱਟਾ ਬੜਾ ਮਾੜਾ ਨਿਕਲੇ। ਸਾਡੇ ਸਾਹਮਣੇ ਇਤਿਹਾਸ ਹੈ, ਬੀਬੀ ਪਾਣੀ ਜੀ ਨੇ ਪਿਤਾ ਨੂੰ ਪ੍ਰਸੰਨ ਕਰਕੇ ਗੁਰੂ ਰੂਪ ਵਿੱਚ ਸੇਵਾ ਕਰਕੇ ਤੇ ਵਰ ਮੰਗਿਆ ਹੈ, ਜਾਣ ਨਾ ਦੇ ਤਾਂ ਸੋਡੀਓ ਜੇ ਸੱਚੇ ਪਾਤਸ਼ਾਹ ਮੈਨੂੰ ਗੁਰਿਆਈ ਬਖਸ਼ੀ ਹੈ, ਮੇਰੀ ਅੰਸੇ ਚੋਂ ਬਾਹਰ ਨਾ ਜਾਏ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਇਹਦਾ ਕਾਰਨ ਹੈ ਉਸ ਅਜਰ ਨਜ਼ਰਿਆ ਜਾਵੇ, ਇਹ ਅਜਰ ਵਸਤੂ ਹੋਰ ਕਿਸੇ ਤੋਂ ਜਰੀ ਨਹੀਂ ਜਾਣੀ, ਕਿਉਂਕਿ ਹੁਣ ਸਿੱਖੀ ਦੀ ਕੋਈ ਕੀਮਤ ਬਣ ਗਈ, ਇੱਕ ਜਥੇਬੰਦੀ ਬਣ ਗਈ, ਸਰਕਾਰ ਨਾਲ ਟੱਕਰ ਲਾਜ਼ਮੀ ਹੈ। ਯਕੀਨ ਕਰੋ ਖਾਲਸਾ ਜੀ, ਕੋਈ ਵੀ ਜਿਉਂਦੀ ਜਥੇਬੰਦੀ ਹੋਏ ਸਰਕਾਰ ਨਾਲ ਉਸਦੀ ਟੱਕਰ ਲਾਜ਼ਮੀ ਹੋਇਆ ਕਰਦੀ ਹੈ, ਕੋਈ ਸ਼ਕਤੀ ਰੋਕ ਨਹੀਂ ਸਕਿਆ ਕਰਦੀ। ਹਾਂ, ਜਿਹੜਾ ਪਹਿਲਾਂ ਥੱਲੇ ਲਤਾੜ ਕੇ ਜ਼ਿੰਦਗੀ ਗੁਜ਼ਾਰਨ ਦਾ ਅਭਿਆਸੀ ਹੋਏ ਉਸਨੂੰ ਕਿਸੇ ਟੱਕਰ ਦੀ ਲੋੜ ਨਹੀਂ ਪਿਆ ਕਰਦੀ। ਫਿਰ ਜਿਹੜੀਆਂ ਚੱਕੜ ਆਉਂਦੇ ਨੇ ਦਰਖਤ ਪੁੱਤੇ ਜਾਇਆ ਕਰਦੇ ਨੇ, ਕਦੇ ਕਾਹ ਪੁੱਤਿਆ ਗਿਆ ਵੇਖਿਆ ਜੇ? ਕਿਉਂਕਿ ਨਿਉਂ ਕੇ ਰਹਿੰਦਾ, ਜਿਹੜੀਆਂ ਕੌਮਾਂ ਨਿਉਣਾ ਜਾਣਦੀਆਂ ਹਨ ਉਹ ਹਰ ਗੁਲਾਮੀ ਨੂੰ ਬਰਦਾਸ਼ਤ ਕਰ ਦਿਆ ਕਰਦੀਆਂ ਨੇ, ਪਰ ਜਿਹੜੀ ਕੌਮ ਆਕੜ ਕੇ ਜਿਉਣਾ ਚਾਹੁੰਦੀ ਹੈ ਉਸਨੂੰ ਮੁਸੀਬਤਾਂ ਦਾ ਵਾਕਲਾ ਕਰਨਾ ਹੀ ਪਵੇਗਾ। ਤਾਂ ਬੀਬੀ ਪਾਣੀ ਦੂਰ ਦੀ ਸੋਚਣ ਵਾਲੇ ਹਨ, ਹੁਣ ਸਰਕਾਰ ਨਾਲ ਟੱਕਰ ਹੈ ਅਤੇ ਮੈਂ ਚਾਹੁੰਦੀ ਹਾਂ, ਪਤਾ ਨਹੀਂ ਕਿਸੇ ਹੋਰ ਤੋਂ ਇਹ ਅਜਰ ਵਸਤੂ ਜਰੀ ਜਾਏਗੀ ਜਾਂ ਨਹੀਂ ਜਾਏਗੀ, ਕੁਰਬਾਨੀ ਸਫਲ ਹੋਏਗੀ ਜਾਂ ਨਹੀਂ ਸਫਲ ਹੋਏਗੀ। ਇਸ ਵਾਸਤੇ ਮੈਂ ਮੰਗਦੀ ਹਾਂ ਮੇਰੇ ਦਾਤਾ, ਹੁਣ ਇਹ ਗੁਰਿਆਈ ਦੀ ਗੱਦੀ ਮੇਥੋਂ ਬਾਹਰ ਨਾ ਜਾਏ, ਮੇਰੀ ਔਲਾਦ ਕੁਰਬਾਨੀਆਂ ਕਰੇਗੀ। ਸ਼ੁਭ ਭਾਵਨਾ ਵਾਲੇ ਵਾਰ ਮੰਗੇ, ਪਰ ਸਿੱਟਾ ਕਿੰਨਾ ਕੌੜਾ ਨਿਕਲਿਆ ਬਈ ਦੇਖ ਲਵੋ ਤੁਸੀਂ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸ਼੍ਰੀ ਚੰਦ ਲਖਮੀ ਦਾਸ ਨੂੰ ਨਹੀਂ ਦਿੱਤੀ ਗੁਰਿਆਈ, ਦੇ ਦਿੱਤੀ ਹੈ ਲੈਣੇ ਨੂੰ ਇੱਕ ਸੇਵਕ ਨੂੰ। ਨਾਰਾਜ਼ ਹੋਏ ਸ਼੍ਰੀ ਚੰਦ ਜੀ, ਪਰ ਮਹਾਰਾਜ ਦੇ ਸਾਹਮਣੇ ਬੋਲੇ ਨਹੀਂ, ਗੁਰੂ ਅੰਗਦ ਦੇਵ ਜੀ ਨੂੰ ਮੱਥਾ ਨਹੀਂ ਟੇਕਿਆ, ਪਰ ਦਿਲੇ ਇੱਕ ਰੋਸ ਆਇਆ ਪੈਦਾ। ਅੱਛਾ, ਪਿਤਾ ਦੀ ਗੱਦੀ ਨਹੀਂ ਮਿਲੀ, ਤਬ ਕਰਾਂਗਾ, ਕੱਲ ਨਾ ਕਰ ਲਾਂਗਾ ਔਰ ਆਪਣੀ ਬਰਾਬਰ ਦੀ ਗੱਦੀ ਬਣਾ ਲਵਾਂਗਾ। ਉਦਾਸੀਆਂ ਦੀ ਬਰਾਬਰ ਦੀ ਗੱਦੀ ਬਣਾਈ ਹੈ ਸ਼੍ਰੀ ਚੰਦ ਜੀ ਨੇ, ਮਰ ਸਿੱਖੀ ਦਾ ਪਿਆਰ ਫਿਰ ਵੀ ਨਹੀਂ ਛੱਡਿਆ, ਪ੍ਰਚਾਰਕ ਬਣ ਕੇ ਰਹੇ, ਬਹੁਤਾ ਝਗੜਾ ਵਧੀਆ ਨਹੀਂ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ, ਕਿਉਂਕਿ ਹੁਣ ਗੁਰੂ ਨਾਨਕ ਮਹਾਰਾਜ ਜੀ ਨਾਲ ਸਿੱਖਾਂ ਦੀ ਗਿਣਤੀ ਵੱਧ ਗਈ ਹੈ, ਗੱਦੀ ਦੀ ਅਤੇ ਕੀਮਤ ਵੀ ਵੱਧ ਗਈ ਹੈ, ਗੁਰੂ ਅੰਗਦ ਦੇਵ ਜੀ ਨੇ ਅਮਰਦਾਸ ਜੀ ਨੂੰ ਦੇ ਦਿੱਤੀ ਹੈ ਗੱਦੀ। ਹਜ਼ੂਰ ਦੇ ਸਾਹਿਬਾਂ ਦੇ ਬਰਦਾਸ਼ਤ ਨਹੀਂ ਕਰ ਸਕੇ, ਜਾ ਕੇ ਪਹੁੰਚਿਆ ਦਾਤੂ ਗੋਇੰਦਵਾਲ, ਲੱਤ ਮਾਰ ਕੇ ਹਜ਼ੂਰ ਨੂੰ ਸਿੰਘਾਸਨ ਤੋਂ ਡੇਗ ਦਿੱਤਾ ਹੈ, ਮਰ ਝਗੜਾ ਇੱਥੇ ਫਿਰ ਵੀ ਰੋਕੇ। ਉਸ ਤੋਂ ਬਾਅਦ ਅਮਰਦਾਸ ਜੀ ਦੀ ਵਾਰੀ ਆਈ, ਉਹਨਾਂ ਨੇ ਆਪਣੇ ਦਾਮਾਦ ਨੂੰ
ਬੀਬੀ ਪਾਣੀ ਦੇ ਪਤੀ ਰਾਮਦਾਸ ਜੀ ਨੂੰ ਗੱਦੀ ਦੇ ਦਿੱਤੀ। ਮੋਹਨ ਨੇ ਮੱਥਾ ਨਹੀਂ ਟੇਕਿਆ ਕਿਉਂਕਿ ਸਮਝਦਾ ਗੱਦੀ ਮੇਰੀ ਹੈ, ਔਰ ਕਹਿੰਦਾ ਸਾਫ ਲਫ਼ਜ਼ਾਂ 'ਚ ਕਿ ਕਰਦੇ ਸ਼ੇਖ ਨੂੰ ਗੱਦੀ ਦੇ ਦਿੱਤੀ ਹੈ, ਅਸੀਂ ਸਾਹਿਬਜ਼ਾਦੇ ਹਨ, ਇਸ ਨੂੰ ਮੱਥਾ ਨਹੀਂ ਟੇਕਾਂਗੇ। ਮਾੜੇ ਸਮਾਜ ਕਾ ਰਿਸ਼ਤਾ ਹੈ, ਬੈਨੋਈ ਹੈ, ਸਾਡੇ ਸਮਾਜ ਇੱਕ ਕੰਨਿਆ ਗਿਆ ਭੈਣ ਦੀ ਬੇਇੱਜ਼ਤੀ ਕਰਨੀ ਇੱਕ ਪਾਪ ਮੰਨਿਆ ਜਾਂਦਾ। ਮੋਹਨ ਜੀ ਨਾਰਾਜ਼ ਹੋ ਕੇ ਆਪਣੇ ਚੁਬਾਰੇ ਚਲੇ ਗਏ ਨੇ, ਝਗੜਾ ਮੁੱਕ ਗਿਆ। ਮਗਰ ਜਿਸ ਵੇਲੇ ਪੰਜਵੇਂ ਪਾਤਸ਼ਾਹ ਦੀ ਵਾਰੀ ਆਈ ਹੈ, ਗੁਰੂ ਰਾਮਦਾਸ ਜੀ ਦੇ ਘਰ ਵਿੱਚ ਜਾ ਕੇ ਗੱਦੀ ਜੱਦੀ ਬਣ ਗਈ, ਹੈਰੈਡੀਟਰੀ ਬਣ ਗਈ। ਗੇੜੀ ਵਸਤੂ ਜੱਦੀ ਬਣ ਜਾਏ ਜੇ ਉਹ ਵੰਡੀ ਨਹੀਂ ਜਾ ਸਕਦੀ, ਵੱਡੇ ਦਾ ਹੱਕ ਹੋਇਆ ਕਰਦਾ। ਮਰ ਪਿਤਾ ਨੂੰ ਇਹ ਅਖਤਿਆਰ ਹੁੰਦਾ ਹੈ, ਜੇ ਵੱਡਾ ਯੋਗ ਨਹੀਂ ਉਹ ਤੋਂ ਛੋਟੇ ਨੂੰ ਗੱਦੀ ਦਿੱਤੀ ਜਾ ਸਕਦੀ। ਪ੍ਰਿਥੀ ਚੰਦ ਇਸ ਯੋਗ ਨਹੀਂ ਸੀ, ਇਸ ਵਾਸਤੇ ਮਹਾਰਾਜ ਨੇ ਛੋਟੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਗੱਦੀ ਦੇ ਦਿੱਤੀ। ਤਾਂ ਪ੍ਰਿਥੀ ਚੰਦ ਪਹਿਲਾ ਆਦਮੀ ਹੈ ਜੋ ਆਪਣੇ ਪਿਤਾ ਦੇ ਸਾਹਮਣੇ ਝਗੜਾ ਕੀਤਾ। ਕਿਸ ਨੇ ਹਜ਼ੂਰ ਆਪ ਲਿਖਦੇ ਨੇ, ਕਾਏ ਪੂਤ ਜਗਰਤ ਹੋ ਸੰਨ ਬਾਪ, ਹੇ ਮੇਰੇ ਬੱਚੇ ਪਿਓ ਨਾਲ ਕਿਉਂ ਝਗੜਦਾ ਹੈ, ਜਿਸ ਕੇ ਜਣੇ ਵਡੇਰੇ ਤੁਮ ਹੋ ਤਿੰਨ ਸੌ ਝਗੜਤ ਪਾਪ। ਤਾਂ ਗੁਰੂ ਰਾਮਦਾਸ ਜੀ ਦੇ ਮੁਕਾਬਲੇ 'ਤੇ ਖੜੋ ਕੇ ਪ੍ਰਿਥੀ ਚੰਦ ਨੇ ਝਗੜਾ ਕੀਤਾ, ਔਰ ਉਹ ਝਗੜਾ ਮਿਟਿਆ ਨਹੀਂ, ਉਹ ਪੀੜ੍ਹੀਆਂ ਤੱਕ ਚੱਲਦਾ ਚਲਿਆ ਜਾ ਰਿਹਾ। ਪ੍ਰਿਥੀ ਚੰਦ ਸਾਰੀ ਉਮਰ ਲੜਦਾ ਰਿਹਾ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੀਨੀ ਨਾਲ ਜ਼ਹਿਰ ਦੇ ਕੇ ਮਾਰਨ ਦਾ ਯਤਨ ਕੀਤਾ, ਮੁਗਲਾਂ ਨਾਲ ਜਾ ਕੇ ਲੜ ਰਿਹਾ ਹੈ, ਔਰ ਗੁਰੂ ਅਰਜਨ ਦੇਵ ਮਹਾਰਾਜ ਸ਼ਾਦੋਈ ਵਿੱਚ ਉਹਦਾ ਪੂਰਾ ਹੱਥ ਹੈ। ਉਹਦੀ ਔਲਾਦ ਸਾਰੀ ਉਮਰ ਤੱਕ ਚੜ੍ਹਦੀ ਰਹੀ ਹੈ, ਲੜਦੀ ਚਲੀ ਆਈ ਹੈ, ਔਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਸ਼ਹਾਦਤ ਵਿੱਚ ਵੀ ਰਾਮ ਰਾਏ ਦਾ ਤੀਰ ਮਲਦਾ, ਔਰ ਪਿੱਛੀ ਜਾਂਦੀ ਔਲਾਦ ਦੀ ਤੁਹਾਡੀ ਗੱਦੀ ਸੀ, ਤਿੰਨਾਂ ਦਾ ਪੂਰਨ ਹੱਥ ਹੈ। ਮੇਰਾ ਮਤਲਬ ਹੈ ਉਹ ਝਗੜਾ ਸ਼ਹਾਦਤ ਤੱਕ ਪਹੁੰਚਿਆ ਮਿਲਿਆ ਨਹੀਂ, ਕਿਉਂਕਿ ਵਰ ਮੰਗੇ ਹੋਇਆ ਸੀ ਜਾ ਨਾ ਦੇਸਾ ਸੋਡੀਓ। ਇਸ ਵਾਸਤੇ ਗੁਰਦੇਵ ਕਹਿੰਦੇ ਨੇ, ਇਤਿਹਾਸ ਬੋਲ ਰਿਹਾ ਹੈ ਗੁਰੂ ਅਰਜਨ ਦੇਵ ਜੀ ਦੇ ਮੂੰਹੋਂ, ਕਾਉਂ ਫਲ ਕੀ ਇੱਛਾ ਨਹੀਂ ਬਾਂਛੇ, ਤੋ ਜਿਹੜਾ ਫਲ ਵਾਸਤੇ ਕੁਰਬਾਨੀ ਕਰਦਾ ਉਹ ਸਾਡਾ ਝਗੜੇ ਪੈਦਾ ਕਰਿਆ ਕਰਦਾ, ਇਹ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਤਾਂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦਾ ਸਭ ਤੋਂ ਵੱਡਾ ਫਲ ਉਹਨਾਂ ਨੇ ਆਪਣੇ ਵਰਗੇ ਸ਼ਹੀਦ ਪੈਦਾ ਕਰ ਦਿੱਤੇ। ਸਰ ਇਕਬਾਲ ਇੱਕ ਸ਼ੇਰ ਬੈਰ ਬੜਾ ਸੁੰਦਰ ਕਹਿੰਦੇ, ਕਹਿੰਦਾ ਹੈ ਆਗ ਹੈ ਔਲਾਦੇ ਇਬਰਾਹੀਮ ਹੈ ਨਮਰੂਦ ਹੈ, ਕਿਆ ਕਿਸੇ ਕੋ ਫਿਰ ਕਿਸੇ ਕਾ ਇਮਤਿਹਾਨ ਮਕਸੂਦ ਹੈ। ਇਤਿਹਾਸ ਕੇ ਸ਼ਾਇਰ ਹੈ, ਸ਼ਾਇਰ ਸ਼ਾਇਰੀ ਵਜੋਂ ਬਹੁਤ ਸੁੰਦਰ ਸ਼ੇਰ ਹੈ ਕਿ ਨਮਰੂਦ ਵੀ ਹੈ, ਅੱਗ ਵੀ ਹੈ, ਇਬਰਾਹੀਮ ਦੀ ਔਲਾਦ ਵੀ ਹੈ, ਫਿਰ ਕੋਈ ਇਮਤਿਹਾਨ ਲੈਣ ਵਾਸਤੇ ਆਇਆ, ਅਸੀਂ ਇਬਰਾਹੀਮ ਵਾਂਗ ਪੂਰੇ ਉਤਰਾਂਗੇ। ਮਗਰ ਇਹ ਕਹਾਵਤ ਬਣ ਕੇ ਰਹਿ ਗਈ ਹੈ, ਇਤਿਹਾਸ ਇਸ ਨੂੰ ਦੁਰਾਇਆ ਨਹੀਂ। ਇਬਰਾਹੀਮ ਨੂੰ ਰੱਬ ਨੇ ਸ਼ਰਮ ਨਹੀਂ ਦਿੱਤਾ, ਇਸਲਾਮ ਨੇ ਸ਼ਰਮ ਬਣਾਤੀ, ਜਿਹੜਾ ਸੜੇਗਾ ਉਹ ਮਕਰੂਹ ਹੋ ਜਾਏਗਾ, ਉਹ ਕਦੇ ਜੰਨਤ ਜਾਏਗਾ ਹੀ ਨਹੀਂ। ਮਗਰ ਗੁਰੂ ਅਰਜਨ ਦੇਵ ਜੀ ਦੇ ਵਿੱਚ ਬੜੇ ਨੇ, ਭਾਈ ਵਿਆਹਾ ਬਹਿ ਕੇ ਕਹਿ ਰਿਹਾ, ਗੁਰੂ ਦੇਵ ਤੇਰੇ ਚਰਨਾਂ ਵਿੱਚ ਬੈਠਣ ਦਾ ਮੈਨੂੰ ਹੱਕ ਪ੍ਰਾਪਤ ਹੋ ਰਹੇ ਆਰੇ ਨਾ ਚੀਰੀਆ। ਕਹਿੰਦੇ ਪੁਰਾਣੀਆਂ ਗੱਲਾਂ ਛੱਡੋ, ਅੱਜ ਦੀ ਗੱਲ ਕਹੋ। ਅੱਜ ਜਿਹੜਾ ਭਾਈ ਚੀਚੀ ਤੇ ਚੀਰ ਵੀ ਦੇ ਲੈ ਤੇ ਕਹੇ ਮੈਂ ਭਗਤੀ ਦੇਸ਼ ਭਗਤੀ ਵਾਸਤੇ ਕੀਤਾ, ਬੜਾ ਬਣਾਇਆ ਜਾਂਦਾ ਹੈ, ਬੜਾ ਸ਼ੋਰ ਮਚਾਇਆ ਜਾਂਦਾ ਹੈ। ਵਿਸਾਖੀ ਆਉਂਦੀ ਹੈ, ਜਲਿਆਂ ਵਾਲੇ ਬਾਗ ਵਿੱਚ ਭਾਰਤ ਭਰ ਦੇ ਲੀਡਰ ਇਕੱਠੇ ਹੁੰਦੇ ਨੇ ਤੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੰਦੇ ਨੇ, ਬੜੀ ਉੱਚੀ ਸ਼ਹਾਦਤ ਹੈ, ਬੜੀ ਉੱਚੀ ਸ਼ਹਾਦਤ ਹੈ। ਮੈਂ ਇਹ ਗੱਲ ਪੁੱਛਣਾ ਚਾਹੁੰਦਾ, ਕਦੇ ਕਿਸੇ ਹਿੰਦੂ ਸਿੱਖ ਜਾਂ ਮੁਸਲਮਾਨ ਲੀਡਰ ਨੇ ਜੈਤੋ ਦੇ ਸ਼ਹੀਦਾਂ ਦਾ ਨਾਮ ਵੀ ਲਿਆ ਉਸ ਸਟੇਜ ਉੱਤੇ? ਕਦਾਚਿਤ ਨਹੀਂ। ਪਰ ਜੈਤੋ ਦੇ ਸ਼ਹੀਦਾਂ ਦਾ ਤੇ ਜਲਿਆਂ ਵਾਲੇ ਦੇ ਸ਼ਹੀਦਾਂ ਦਾ ਮੁਕਾਬਲਾ ਕੀ ਹੈ? ਕਦੇ ਵਿਚਾਰਿਆ ਜੇ? ਜਲਿਆਂ ਵਾਲੇ 'ਚ ਮਰਨ ਵਾਸਤੇ ਨਹੀਂ ਸੰਗ ਗਏ, ਤਕਰੀਰਾਂ ਸੁਣਨ ਵਾਸਤੇ ਗਏ ਸਨ। ਸਰ ਮਾਈਕਲ ਓਡਵਾਇਰ ਜਿਸ ਵੇਲੇ ਪੰਜਾਬ ਦਾ ਗਵਰਨਰ ਸੀ, ਉਹਦੇ ਹੁਕਮ ਨਾਲ ਜਨਰਲ ਡਾਇਰ ਨੇ ਬੂਹਾ ਰੋਕ ਕੇ ਘੇਰ ਕੇ ਗੋਲੀਆਂ ਚਲਾਈਆਂ ਨੇ, ਦੌੜਦਿਆਂ ਦੇ ਗੋਲੀਆਂ ਵੱਜੀਆਂ ਨੇ। ਮਰ ਜੈਤੋ ਨੂੰ ਜਾ ਰਿਹਾ 500 ਸਿੰਘਾਂ ਦਾ ਜੱਥਾ, ਐਲਾਨ ਹੋਇਆ ਇਸ ਲਾਈਨ ਤੋਂ ਅੱਗੇ ਲੰਘੋਗੇ ਗੋਲੀ ਚੱਲੇਗੀ, ਔਰ ਤਿੰਨ ਵਾਰ ਪੰਜ ਮਿੰਟ ਦੇ ਬਕਸੇ ਦੇ ਬਾਅਦ ਗੋਲੀ ਚੱਲੀ ਹੈ। ਕਿ ਸਿੱਖ ਦੌੜ ਗਏ ਸਨ ਗੋਲੀ ਖਾ ਕੇ? ਜਿਹੜਾ ਡਿੱਗ ਪਿਆ ਡਿੱਗ ਪਿਆ, ਬਾਕੀ ਅੱਗੇ ਵੱਡੇ ਚਲੇ ਜਾ ਰਹੇ ਨੇ। ਮਰ ਕਿਉਂਕਿ ਉਹਨਾਂ ਦੇ ਨਾਮ ਨਾਲ ਸਿੰਘ ਸ਼ਬਦ ਹੈ, ਇਸ ਵਾਸਤੇ ਰੜਕਦਾ ਦੂਸਰਿਆਂ ਨੂੰ, ਇਸ ਲਈ ਉਹਨਾਂ ਦੀ ਪਰਵਾਹ ਨਹੀਂ ਕੀਤੀ ਔਰ ਨਾਮ ਨਹੀਂ ਲਿਆ ਜਾਂਦਾ। ਸਰ ਮੈਂ ਗੱਲ ਨਹੀਂ ਕਹਿਣਾ ਛੱਡਦਾ। ਜਲਿਆਂ ਵਾਲੇ ਦੀ ਸ਼ਹਾਦਤ ਹੈ, ਡੋਲੇ ਲਹੂ ਨੇ ਆਜ਼ਾਦੀ ਲਈ ਲਹਿਰ ਨੂੰ ਬੜੀ ਭਾਰੀ ਤਾਕਤ ਦਿੱਤੀ ਸੀ। ਮਗਰ ਮੇਰਾ ਸਵਾਲ ਹੈ ਕਿ ਉਹਨਾਂ ਜਲਿਆਂ ਵਾਲੇ ਸ਼ਹੀਦਾਂ ਦੇ ਬਦਲਾ ਲੈਣ ਵਾਸਤੇ ਇੱਕ ਸਿੱਖ ਹੀ ਉੱਠੇ, ਹੋਰ ਕੋਈ ਉੱਠੇ? ਜਿਹਨਾਂ ਦੀ ਗਿਣਤੀ ਸੀ ਤੁਰ ਗਿਆ, ਕਿਤੇ ਹਮਦਰਦ ਗੁਆਂਢੀ ਨੇ ਅੰਮ੍ਰਿਤਸਰ ਯਤੀਮ ਖਾਲਸਾ ਯਤੀਮ ਖਾਨਾ 'ਚ ਭਰਤੀ ਕਰਵਾ ਦਿੱਤਾ, ਉੱਥੇ ਤਾਲੀਮ ਪਾਈ ਹੈ। 14-15 ਸਾਲ ਦਾ ਉਧਮ ਸਿੰਘ ਸੁਣਲੇ, ਕਿਸੇ ਜਲਿਆਂ ਵਾਲੇ ਗੋਲੀ ਚੱਲੀ, ਜਲਿਆਂ ਵਾਲੇ ਦੇ ਸਖਮੀਆਂ ਦੀ ਹੜ ਤੋਂਦਾ ਹੈ, ਮਰਮ ਲਗਾਉਂਦਾ ਹੈ, ਪੱਟੀਆਂ ਬੰਨਦਾ ਹੈ, ਪਰ ਗੱਭਰੂ ਦੇ ਸੀਨੇ ਵਿੱਚ ਵਰਮ ਪੈਦਾ ਹੋ ਰਹੇ ਨੇ। ਜਾਣ ਕੇ ਗੁਰੂ ਮਹਾਰਾਜ ਨੂੰ ਹਾਜ਼ਰ ਨਾ ਦੇ, ਇੱਕ ਪ੍ਰਣ ਕਰਦਾ ਸਰਦਾਰ ਊਧਮ ਸਿੰਘ ਕਿਵੇਂ ਬਾਈ Thank you.
مرد جو کہتے ہیں سو کر کے دکھا دیتے ہیں. سکھ جذبہ خالصہ جی اور یہ شہیدان کا کارن. سردار پٹیل نے ایک بار کیا سی ہوں مارشل ریسو نو بہت مان نہیں کرنا چاہیے. ہوں سارے ہندوستانی بہادر ہیں. غلط ہے کہ بہادر لہو ہی بہادر پیدا کریا کرتا ہے. ساری قوما کدی بہادر نہیں ہو سکیا کردیا. آ کھیم کرن سیکٹر 65 وچ جو دکھنی بہادر کا حال ہوا سی تسی میرے نالوں اچھا جان دے. نہیں اتہاس ہے شہیدان کا اتہاس ہے جو قوم نو مرن لئی پریریا کردے. گربانی نے یقین کرایا مرن ہارے جی ہرا نہیں کہ سکھ سوکھتے. یہ گرو ارجن دیو مہاراج شہید ہو سکتے ہیں, گرو تیگ بہادر مہاراج شہید ہو سکتے ہیں, چھوٹے چھوٹے صاحبزادے شہید ہو سکتے ہیں, تو میں انہوں کے پیچھے کیوں رہا. پریرنا ہے ساہت اور اتہاس دو قوما دیا ڈنگوریاں ہیں. دو پیر ہیں جنہ تے انسان کھلوتا ہے, ایک تے کدے نہیں کھلو سکے جا کرتا. خیر میں عرض کر رہا سی پرن کر لے کہ دل وچ تار لی ہارا بدلا لینا ہے. امریکہ چلیا گیا پڑھائی دے کارن. اتنے بھگ سنگھ کی لہر چل رہی, خطو کتابت ہویا واپس آیا, کم وچ رج گیا, گرفتار ہو گیا, 4 سال کی سزا ہوئی. سزا کٹن دے بعد بھی لگن ہی مرتی. ساڑے ایک بہت وڈے بدھی جیوی لیکھک نے انگلینڈ وچ کیا سی, کیا ہے بھگت سنگھ, کیا ہے ادھم سنگھ, کیول جذباتی منڈے سن. خاصہ جی جذبات ٹھنڈے ہو جایا کرتے, مر لگن کدے نہیں مریا نہیں کرتی. جذبات ہوں تو مک جانے. 4 سال قید کٹنے کے بعد من وتارے منگل سے پہنچنا ہے. سر مائیکل اور وائر تو بدلا لینا, یہ قوم ہی بدلا ہے. ایک ودوان کہہ رہا ہے تھوڑے نال کوئی برائی کرتا معاف کر دیو, تھوڑے کسی رشتے دار برائی کرتا معاف کر دیو, مر جی تھوڑے کرم یا قوم کی برائی کرتا ہے اس کو معاف کرنا اپنی قوم کے نال ظلم کرنے برابر ہوا کر دے. قومی دشمن کدی معاف نہیں کیا جا سکتا. اس واسطے اتنے آن کے پھر پیش بدلے, نام بدلے, رام محمد نام سنگھ تھلے نواں پاسپورٹ لیا, انگلینڈ چلا گیا. بہانا چاہیے ٹکن واسطے انجینئرنگ کی پڑھائی شروع کر دیتی. سچا ان سات سمے بیتن دے بعد جس وقت دوسرا سنسار یوز چل رہا سی تو انڈیا ہاؤس کے ایک ہال کے اندر کوئی سر مائیکل اور وائر کھلوتا تقریر کر رہے. ادھم سنگھ سامنے گیلری جی بیٹھے, اتنے گیا اتوں کے لوگوں نے دسے. باقی چاڑی رابی ویر جانے نے انگلینڈ کس واسطے کہتے ہیں وہ جان. میں جانا اتوں کوئی وہی چیز دلب لب کے لے آنا جی سارے اتہاس کا سمبند ہے. پچھلی بار میں نے اسے کتاب ملی دی گریٹ ڈیوائڈ, وہ اس نے بڑا صاف لکھے ہے کہ 47 انگریزوں نے صاف اعلان کیا دو قوما نہیں ہندوستان 3 قوما بدیا ہیں, ہندو مسلمان اور سکھ. انہوں کا کلچر وکھرا ہے, انہوں کا دھرم وکھرا ہے, انہوں کی سبھیتا وکھری ہے. اس واسطے وکھری قوم ہے, ابھی 3 قوما انصاف کر کے جاواں گے. آگے سکھ کہہ رہے تھے وکھری قوم تو ہائی مر جاتی ہے, تو پوچھو ابھی کون آ پھر بھائی ہمیر سائی کا ساڑھے بار دوسرا دسنا کہتے تھی آؤ سانو جی میں پتا نہیں ہو سکتا. خیر میرا مطلب کہن تو اس ویلے مشن کے سامنے کیبنٹ مشن کے سامنے ماس تارا سنگھ صاحب جی ہو, گیانی کرتار سنگھ جی ہو, سردار ہرنام سنگھ جنہوں نے آم ہرنام سنگھ چلا کے آ ایڈوکیٹ, اور سردار بلدیو سنگھ پیش ہوئے ہیں. تو مسٹر ہارڈسن لکھتا ہے کہ تین خطرہ ضرور محسوس کرتے سن مگر وہ ایک سر نہیں سنے. انہوں نے آپ ہی پتا نہیں تھی کہ انہوں نے چاہیے کسی تک. اس قوم کے لیڈر آپ یہ جان نہیں آنے والے پوکھ کی چاہیے. وہ قوم چھڑیا ٹھوکرا نہیں کھائے گی تو ہور کی کرے گی. بہت منزل دور ہے, ہزارہ مشکلات طے کرنی پڑ گیا. یہاں رکاوٹوں کے اندر ہور رکاوٹ پیدا ہوں جانیا کوئی چارہ نہیں. مگر کتنی خوبصورتی ہے دوسرے طرح کی تعریف کرنے والوں. کوئی شک نہیں چڑھتا کوئی لیڈر آئے سکھن بڑی تعریف کرتا. پتا بھی سیتا رام ایا نے کانگریس کا اتہاس لکھے تو اس آزادی کی لہر میں ساری نجی لہر چھڑ دیو. آزادی کی لہر میں جنے پارٹی شہید ہوئے جنیاں نے سراواں مل گئے, کالے پانی گئے, جائیداد ضبط ہوئی, سارے کی گنتی بنا گئے. سکھان کی گنتی 90% تو زیادہ ہے. تو قربانی کرنے واسطے آزادی لیا واسطے جیڑی قوم 90% قربانیاں کرتی ہے انہوں اج کیا کہ اپنی گنتی مطابق جو کچھ لینا گے لے لو. فوج میں بھی گنتی برابر پرتی ہوئے گی اور کوئی نہیں. یہ کارن کہ سمے سر ابھی آپ اپنا آپ گوا لیا کہ یہ سرونا باقی ہے. خیر میں اپنی کہانی پہ چل رہا ہاں. تو بیٹھا کہ تقریر کر رہے سر مائیکل اور وائر کہ ابھی میرے پار تو بھیجا جائے ڈنڈے نہ سارے سب سیدھیاں کر دیا گا.
ਤਾਂ ਕਹਿੰਦੇ ਨੇ ਬੜੀ ਮੋਟੀ ਸਾਰੀ ਕਿਤਾਬ ਹੈ, ਵਿੱਚੋਂ ਕੱਢ ਕੇ ਬਲੇਡ ਨਾਲ ਉਹਦੇ ਵਿੱਚ ਰਿਵਾਲਵਰ ਲੁਕਾਇਆ ਹੋਇਆ ਹੈ। ਸਰਾਰ ਉਦੂ ਸਿੰਘ ਗਹਿਲੀ 'ਚ ਬੈਠਾ ਹੈ। ਜਿਸ ਵੇਲੇ ਸਰ ਮਾਈਕਲ ਉਡਵਾਇਰ ਨੇ ਇਹ ਧਮਕੀ ਦਿੱਤੀ, ਰਿਵਾਲਵਰ ਕੱਢਿਆ, ਨਿਸ਼ਾਨਾ ਬਣਾ ਦਿੱਤਾ, ਸਰ ਮਾਈਕਲ ਉਡਵਾਇਰ ਮਰ ਗਏ। ਸਾਰੇ ਹਾਲ ਵਿੱਚ ਪਾਜੜ ਪੈ ਗਈ। ਚਾਹੁੰਦਾ ਉਦੂਮ ਸਿੰਘ ਰਿਵਾਲਵਰ ਫੜ ਕੇ ਦੌੜ ਸਕਦਾ ਸੀ, ਪਰ ਉਹ ਨੱਸਣ ਵਾਸਤੇ ਨਹੀਂ ਸੀ ਗਿਆ, ਸੁੱਤੀ ਹੋਈ ਅੰਗਰੇਜ਼ ਕੌਮ ਨੂੰ ਜਗਾਉਣ ਵਾਸਤੇ ਗਿਆ ਸੀ। ਮੁਕੱਦਮਾ ਚੱਲਿਆ, ਫਾਂਸੀ ਦੀ ਸਜ਼ਾ ਹੋਈ। ਫਾਂਸੀ 'ਤੇ ਲਟਕਣ ਤੋਂ ਪਹਿਲਾਂ ਸਰਦਾਰ ਊਧਮ ਸਿੰਘ ਦੇ ਜਜ਼ਬਾਤ ਇਹਨਾਂ ਸ਼ਬਦਾਂ ਰਾਹੀਂ ਸੰਗਤ ਦੇ ਪੇਟ ਹਨ। ਕਿਵੇਂ ਬਾਈ Thank you.
ਜਲਿਆਂ ਵਾਲੇ ਜਾਓ, ਜਲਿਆਂ ਵਾਲੇ ਸ਼ਹੀਦ ਹੋਣ ਵਾਲਿਆਂ ਦੀ ਯਾਦਗਾਰ ਬਣੀ ਹੋਈ ਹੈ। ਮੇਰਾ ਅਫਸੋਸ, ਉੱਥੇ ਸਰਦਾਰ ਊਧਮ ਸਿੰਘ ਦੀ ਨਿਸ਼ਾਨੀ ਕਿਉਂ ਨਹੀਂ ਬਣਾਈ ਗਈ? ਜਦੋਂ ਤੋਂ ਸਵਰਾਜ ਆਇਆ ਕਾਂਗਰਸ ਰਾਜ ਚਲੀ ਰਾਜ ਕਰਦੀ ਆ ਰਹੀ, ਦੋ ਵਾਰ ਅਕਾਲੀ ਹਕੂਮਤਾਂ ਵੀ ਰਹੀਆਂ ਨੇ, ਪਰ ਅਜੇ ਤੱਕ ਕਿਸੇ ਨੂੰ ਇਹ ਚੇਤੇ ਨਹੀਂ ਆਇਆ ਕਿ ਉੱਥੇ ਊਧਮ ਸਿੰਘ ਦੀ ਨਿਸ਼ਾਨੀ ਵੀ ਬਣਾਈ ਜਾਏ, ਯਾਦਗਾਰ ਵੀ ਬਣਾਈ ਜਾਏ। ਇਹਦਾ ਕਾਰਨ ਕੀ ਹੈ ਕਿ ਜਾਗਪੁਰੋਂ ਖਾਲਸਾ ਜੀ ਮਿਲ ਜਾਏਗਾ। ਇੱਕ ਪੱਛਮੀ ਵਿਦਵਾਨ ਨੇ ਬੜੇ ਤਾਣੇ ਨੇ ਕਿਹਾ, ਸਿੱਖੋ ਤੁਹਾਡੇ ਵਰਗਾ ਬੇਵਫਾ ਦੁਨੀਆਂ 'ਤੇ ਕੋਈ ਨਹੀਂ, ਅਕਿਰਤ ਕਾਂ ਹੋ ਤੁਸੀਂ? ਕਿਉਂ ਬਾਈ, ਬੜੇ ਔਖੇ ਸ਼ਬਦ, ਕੌੜੇ ਸ਼ਬਦ। ਕਹਿੰਦਾ ਸਾਡਾ ਇੱਕ ਸ਼ਹੀਦ ਹੋਇਆ ਸੀ ਹਜ਼ਰਤ ਈਸਾ, ਅਸੀਂ ਅੱਧੀ ਦੁਨੀਆਂ ਨੂੰ ਈਸਾਈ ਬਣਾ ਲਏ, ਤੁਹਾਡੇ ਲੱਖਾਂ ਸ਼ਹੀਦ ਨੇ, ਤੁਸੀਂ ਅੱਜ ਤੱਕ ਕੀ ਕੀਤਾ? ਫਿਰ ਉਹ ਕਹਿੰਦਾ, ਸਿੱਖ ਇਤਿਹਾਸ ਬਣਾਉਣਾ ਜਾਣਦੇ ਹਨ, ਲਿਖਣਾ ਨਹੀਂ ਜਾਣਦੇ। ਮੇਰਾ ਜਵਾਬ ਹੈ, ਲਿਖਣ ਦੀ ਤਾਂ ਥੋੜ੍ਹੀ ਬਹੁਤੀ ਸਾਨੂੰ ਜਾਂਚ ਆ ਗਈ, ਪਰ ਨਾ ਉਕਾ ਹੀ ਜਾਣਦੇ। ਮੇਰੇ ਸਾਹਮਣੇ ਕਿੰਨੇ ਸਕਣ ਬੈਠੇ ਹੋ? ਦਰਾਪੋ ਆਪਣੇ ਘਰ ਵਿੱਚ ਆਤੀ ਮਾਰੋ, ਤੁਹਾਡੇ ਘਰ ਵਿੱਚ ਮੰਜੇ ਚੰਗੇ ਨੇ, ਬਿਸਤਰੇ ਚੰਗੇ ਨੇ, ਫਰਨੀਚਰ ਚੰਗਾ ਹੈ, ਬਰਤਨ ਚੰਗੇ ਨੇ, ਪ੍ਰਾਹੁਣ ਚਾਲੀ ਸਿੱਖਾਂ ਤੋਂ ਬਿਨਾਂ ਹੋਰ ਹੈ ਕਿਤੇ ਨਹੀਂ। ਸਾਰੇ ਹਿੰਦੁਸਤਾਨ ਵਿੱਚ ਤੁਹਾਡੀ ਰਹਿਣੀ ਸਹਿਣੀ ਚੰਗੀ ਹੈ, ਪਰ ਤੁਹਾਡੇ ਘਰ ਵਿੱਚ ਇਤਿਹਾਸ ਨਾਲ ਸੰਬੰਧਿਤ ਪੁਸਤਕ ਕਿੰਨੇ ਕਿੰਨੇ ਘਰੇ ਇਹ ਤਾਤੀ ਮਾਰੀ ਹੈ? ਪਰ ਸਹੀ ਅਣਜਾਣ ਹਨ। ਮੇਰੇ ਵਰਗਾ ਅੱਜ ਪੜ੍ਹਿਆ ਆਦਮੀ ਜੋ ਕੋਈ ਸੁਣਾ ਗਿਆ ਪੱਲੇ ਬਣ ਕੇ ਲੈ ਗਏ, ਉਸ ਤੋਂ ਅਗਾਂਹ ਪੜ੍ਹਨ ਦਾ ਯਤਨ ਨਹੀਂ ਕਰਨਾ। ਸੋ ਮੈਂ ਅਰਥ ਕਰ ਰਿਹਾ ਸੀ, ਆ ਪਿੱਛੇ ਦੌਲਤਪੁਰ ਆਏ ਨੇ, ਕਿਤਾਬ ਲਿਖੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੁਤਲਕ, ਕਈ ਥਾਵਾਂ 'ਤੇ ਸਿੱਖ ਸੁਸਾਇਟੀਆਂ ਨੇ ਛਾਪ ਕੇ ਵੰਡੀ ਹੈ, ਕਿਉਂਕਿ ਕੁਛ ਗੱਲਾਂ ਨੂੰ ਦਲੇਰੀ ਨਾਲ ਕਹੀਆਂ, ਆਰੀਆ ਸਮਾਜੀ ਹੈ, ਹਿੰਦੂਆਂ ਦੀ ਕਮਜ਼ੋਰੀ ਨੂੰ ਬੜੀ ਦਲੇਰੀ ਨਾਲ ਪ੍ਰਗਟ ਕਰਦਾ ਹੈ, ਗੁਰੂ ਗੋਬਿੰਦ ਸਿੰਘ ਦੀ ਬੜੀ ਤਾਰੀਫ ਕਰਦਾ ਹੈ, ਮਰ ਸ਼ੂਗਰ ਕੋਟਡ ਗੋਲੀ। ਅਖੀਰ ਸਾਰਾ ਤੇਲ ਇਸ ਗੱਲ 'ਤੇ ਲਾਇਆ ਕਿ ਗੁਰੂ ਗੋਬਿੰਦ ਸਿੰਘ ਇੱਕ ਹਿੰਦੂ ਰਿਫਾਰਮਰ ਸੀ, ਇੱਕ ਹਿੰਦੂਆਂ ਨੂੰ ਸੁਧਾਰ ਕਰਨ ਵਾਲਾ ਸੀ, ਵੱਖਰਾ ਧਰਮ ਕੋਈ ਨਹੀਂ, ਇਹ ਸਭ ਕਰਨ ਵਾਸਤੇ। ਸੋ ਉਹਨਾਂ ਇਤਿਹਾਸਾਂ ਵਿੱਚ ਕਿੰਨੇ ਬੁਰਾਈ ਕੀਤੀ ਗਈ, ਅੱਜ ਮੇਰਾ ਮਜ਼ਮੂਨ ਇਹੀ ਹੈ। ਇੱਕ ਜਗ੍ਹਾ ਕੇਸਰ ਸਿੰਘ ਛੱਬੇ ਛਿਬਰ ਲਿਖਦਾ ਹੈ ਵੀ ਮੈਂ ਤੁਝਿਆ ਉਹ ਤੇਰਾ ਹਾਂ, ਕਹਿੰਦਾ ਉੱਤਮ ਜਾਤੀ ਬ੍ਰਹਿਮਣ ਹਾਂ, ਸਿੱਖ ਹੈ, ਭਾਈ ਪੈਰਾਗਾ ਦੀ ਔਲਾਦ ਵਿੱਚੋਂ ਹੈ, ਮਗਰ ਇਹ ਬ੍ਰਹਿਮਣ ਪੁਣਾ ਅੜਿਆ ਪਿਆ, ਮੈਂ ਬ੍ਰਹਿਮਣ ਹਾਂ। ਗੁਰੂ ਗੋਬਿੰਦ ਸਿੰਘ ਦੇ ਮੂੰਹ ਅਖਵਾਉਂਦਾ, ਹਜ਼ੂਰ ਨੇ ਕਿਹਾ ਜੇ ਬ੍ਰਹਿਮਣ ਸਿੱਖ ਬਣ ਜਾਏ ਉਹਦਾ ਆਦਰਮਾਨ ਵਧੇਰੇ ਕਰਨਾ ਚਾਹੀਦਾ, ਭਾਈ ਜੇ ਇੱਕ ਹਰੀਜਨ ਸਿੱਖ ਬਣੇ ਤਾਂ ਉਹਦਾ ਆਦਰਮਾਨ ਕਿਉਂ ਨਹੀਂ, ਉਹ ਘੱਟ ਕਿਉਂ ਕੀਤਾ ਜਾਏ? ਪੰਡਿਤ ਪੁਣਾ ਅੱਜ ਵੀ ਕਾਇਮ ਹੈ, ਸਾਰਿਆਂ ਇਤਿਹਾਸਾਂ ਵਿੱਚ ਇਹ ਚੀਜ਼ ਸਾਬਤ ਕੀਤੀ ਗਈ। ਕਵੀ ਸੰਤੋਖ ਸਿੰਘ ਸਾਹਿਬ ਸੂਰਿ ਪ੍ਰਕਾਸ਼ ਦੇ ਕਰਤਾ ਹੈ, ਜਿੱਥੋਂ ਤੱਕ ਕਵਿਤਾ ਦਾ ਸੰਬੰਧ ਹੈ, ਮਹਾਨ ਹੈ, ਕਾਵਿ ਸ਼ਾਸਤਰ ਦੇ ਮਹਾਨ ਵਿਦਵਾਨ ਹਨ, ਕਵਿਤਾ ਦੇ ਲਿਹਾਜ਼ ਨਾਲ ਉਹਨਾਂ ਦੀ ਕਵਿਤਾ ਵਿੱਚ ਕੋਈ ਤੁਟੀ ਨਹੀਂ ਪਾਲੀ ਜਾ ਸਕਦੀ। ਫਿਰ ਇੱਕ ਇਕੱਲੇ ਆਦਮੀ ਦਾ ਕਵਿਤਾ ਵਿੱਚ ਏਡਾ ਵੱਡਾ ਗ੍ਰੰਥ ਸੂਰਿ ਪ੍ਰਕਾਸ਼ ਲਿਖ ਦੇਣਾ ਆਪਣੇ ਆਪ 'ਚ ਵਡਿਆਈ ਹੈ। ਆਦਿ ਗੁਰੂ ਗ੍ਰੰਥ ਸਾਹਿਬ ਜੀ ਨੂੰ 3 ਗੁਣਾ ਵਡੇਰਾ ਹੈ ਸੂਰਿ ਪ੍ਰਕਾਸ਼ ਬਗੈਰ ਟੀਕੇ ਦੇ, ਮਗਰ ਉਸਨੇ ਗਲਤੀਆਂ ਕਿੰਨੀਆਂ ਕੀਤੀਆਂ ਨੇ, ਜਾਣ ਬੁੱਝ ਕੇ ਕੀਤੀਆਂ, ਕਰਵਾਈਆਂ ਗਈਆਂ, ਈਸ਼ਵਰ ਜਾਣੇ। ਅੱਜ ਕੋਈ ਹਿੰਦੂ ਅਖਬਾਰ ਲਿਖ ਦਿੰਦਾ ਗੁਰੂ ਨਾਨਕ ਦੇਵ ਮਹਾਰਾਜ ਜਿੰਨੇ ਉਹ ਪਹਿਨਦੇ ਸਨ, ਸੂਰਜ ਪ੍ਰਕਾਸ਼ ਵਾਲਾ ਲਿਖਦਾ, ਤੁਹਾਡੇ ਕੋਲ ਕੀ ਜਵਾਬ ਹੈ ਬਈ? 3 ਜਗ੍ਹਾ ਲਿਖਦਾ ਸੂਰਜ ਪ੍ਰਕਾਸ਼ ਵਾਲਾ, ਪਹਿਲਾਂ ਖੰਡਨ ਕਰਦਾ ਗੁਰੂ ਮਹਾਰਾਜ ਵੱਲੋਂ ਸ਼ਬਦ ਦਿੰਦਾ, ਜਿੰਨੇ ਵੀ ਦਾ ਵਿਰੋਧ ਕਰਦਾ, ਫਿਰ ਅੱਗੇ ਪੰਡਿਤ ਦੇ ਅਤੇ ਮਾਪਿਆਂ ਦੇ ਕਹਿੰਦੇ ਪਾ ਵੀ ਲਿਆ, ਇਸ ਗੱਲ ਨੂੰ ਵੀ ਛੱਡ ਦਿਓ, ਹਜ਼ੂਰ ਦੀ ਉਮਰ ਛੋਟੀ ਸਸਲੇ, ਕਿਸੇ ਮੋਦੀ ਖਾਨਾ ਚਲਾ ਰਹੇ ਨੇ ਉਦੋਂ ਵਿਆਹ ਹੋਇਆ, ਉਦੋਂ ਕੋਈ ਪਾਬੰਦੀ ਨਹੀਂ ਸੀ, ਕੋਈ ਮੁਸ਼ਕਿਲ ਨਹੀਂ ਸੀ, ਆਪ ਕਮਾਉਂਦੇ ਸੀ, ਆਪ ਖਰਚਦੇ ਸਨ, ਮਾਪਿਆਂ ਵੱਲੋਂ ਸੁਤੰਤਰ ਸਨ। ਅਤੇ ਫਿਰ ਉਹ ਲਿਖਦਾ ਹੈ ਕਿ ਵੇਦੀ 'ਤੇ ਫੇਰੇ ਹੋਏ ਗੁਰੂ ਨਾਨਕ ਦੇਵ ਮਹਾਰਾਜ ਨੇ ਜਨੇਊ ਪਾਇਆ, ਉੱਥੇ ਜਨੇਊ ਦੀ ਕੀ ਕਰੋੜ ਸੀ ਬਈ, ਵੇਦੀ 'ਤੇ ਫੇਰੇ ਤਾਂ ਮੰਨ ਲਵਾਂਗੇ, ਕਿਉਂਕਿ ਸਿੱਖਾਂ ਦਾ ਵਿਆਹ ਦੀ ਮਰਿਆਦਾ ਆਰੰਭ ਨਹੀਂ ਸੀ ਹੋਈ, ਜਨੇਊ ਕਿਉਂ? ਉਸ ਤੋਂ ਅਗਲੀ ਗੱਲ, ਮਹਾਰਾਜ ਆਪਣੇ ਧਰਮ ਦਾ ਪ੍ਰਚਾਰ ਭਾਈ ਲਾਲੋ ਤੋਂ ਸ਼ੁਰੂ ਕਰਦੇ ਹਨ, ਤਾਂ ਸੂਰਜ ਪ੍ਰਕਾਸ਼ ਵਾਲਾ ਲਿਖਦਾ ਹੈ ਕਿ ਭਾਈ ਲਾਲੋ ਨੇ ਕਿਹਾ, ਗੁਰੂ ਮਹਾਰਾਜ ਆਪ ਹਿੰਦੂ ਧਰਮ, ਆਪ ਜਨੇਊ ਦੇ ਧਾਰਨੀ, ਚੌਂਕੇ 'ਚ ਬਹਿ ਕੇ ਪ੍ਰਸਾਦ ਛਕੋਗੇ, ਬਾਹਰ ਕਿਵੇਂ ਛਕੋਗੇ? ਤਾਂ ਸਾਬਤ ਕਰਦਾ ਹੈ ਕਿ ਜਦ ਲਾਲੋ ਦੇ ਕੋਲ ਗਏ ਨੇ ਗੁਰੂ ਮਹਾਰਾਜ ਨੇ ਜਨੇਊ ਪਾਇਆ ਹੋਇਆ ਸੀ, ਹਨੇਰ ਸਾਈਂਦਾ ਜੇ ਗੁਰੂ ਨਾਨਕ ਨੇ ਜਨੇਊ ਪਾਇਆ ਸੀ ਮਗਰੇ ਨਹੀਂ ਪਾਉਂਦੇ ਹੋਣਗੇ। ਫਿਰ 5ਵੇਂ ਪਾਤਸ਼ਾਹ ਦੀ ਬਾਬਤ ਲਿਖੇ ਕਿ ਸਾਹਿਬਜ਼ਾਦੇ ਨੂੰ ਜਨੇਊ ਪਹਿਨਾਇਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਜੋ ਮੈਂ ਕਹਿ ਰਿਹਾ ਉਹਦਾ ਸਬੂਤ ਹੈ ਮੇਰੇ ਕੋਲ, ਆਪਣੀ ਜ਼ੁਬਾਨ ਹੀ ਨਹੀਂ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੀ ਵਾਰੀ ਆਉਂਦੀ ਤਾਂ ਮਹਾਰਾਜ ਨੇ ਇਨਕਾਰ ਕਰ ਦਿੱਤਾ ਜਨੇਊ ਪਹਿਨਣ ਤੋਂ, ਜਦ ਗੱਦੀ 'ਤੇ ਬੈਠੇ ਨੇ ਪੰਡਿਤ ਨੇ ਜਾ ਕੇ ਮਾਂ ਦੀ ਖੁਸ਼ਾਮਦ ਕੀਤੀ, ਮਾਤਾ ਜੀ ਉਹਨਾਂ ਕੋਲ ਸਾੜੀ ਰੱਖ ਲੈਣ, ਤਾਂ ਮਾਤਾ ਗੁਜਰੀ ਜੀ ਨੇ ਕਿਹਾ, ਲਾਲ ਹੁਣ ਜਨੇਊ ਪਾ ਲਵੋ, ਜਦੋਂ ਆਪਣਾ ਪੰਥ ਸਾਜੋਗੇ ਲਵਾ ਦਿਓ ਜੇ, ਤਾਂ ਉਦੋਂ ਵੀ ਕਿਹਾ ਕਿ ਜਨੇਊ ਪਾਇਆ। ਫਿਰ ਹੋਰ ਕਹਾਣੀ ਆਉਂਦੀ, ਗੁਰੂ ਗੋਬਿੰਦ ਸਿੰਘ ਮਹਾਰਾਜ ਅਸਵਾਰ ਹੋਣ ਲੱਗੇ ਘੋੜੇ 'ਤੇ, ਅਤੇ ਗਾਤਰੇ ਦਾ ਸੋਭਾ ਟੁੱਟ ਗਿਆ, ਕਿਰਪਾਨ ਬਾਹਰ ਉੱਠਲ ਪਈ, ਮਹਾਰਾਜ ਨੇ ਕਿਹਾ ਕੋਈ ਸੇਵਾ ਦਿਓ ਬਈ, ਤਾਂ ਭਾਈ ਦਇਆ ਸਿੰਘ ਨੇ ਆਪਣਾ ਜਨੇਊ ਤੋੜ ਕੇ ਦੇ ਦਿੱਤਾ, ਮਹਾਰਾਜ ਨੇ ਬੰਨ ਲਿਆ।
ਸਿੱਖਾਂ ਨੇ ਜਾ ਕੇ ਮਹਾਰਾਜ ਪਾਸ ਸ਼ਿਕਾਇਤ ਕੀਤੀ ਕਿ ਗੁਰੂ ਮਹਾਰਾਜ ਭਾਈ ਦਇਆ ਸਿੰਘ ਜੀ ਨੇ ਨਹੀਂ ਪਾਉਂਦਾ, ਇਹ ਸਰੂਰ ਦਾ ਪੱਲਾ ਲਿਖਦਾ ਜੇ ਮਹਿਮਾ ਪ੍ਰਕਾਸ਼ ਵਿੱਚ ਗੁਰੂ ਅਮਰਦਾਸ ਜੀ ਬੰਸ਼ ਵਿੱਚੋਂ ਅੱਠਵੀਂ ਪੀੜ੍ਹੀ ਤੋਂ ਹੈ। ਤਾਂ ਮੈਂ ਇੱਕ ਜਗ੍ਹਾ ਇੱਕ ਆਰਟੀਕਲ ਵਿੱਚ ਲਿਖਿਆ ਸੀ ਕਿ ਸਾਰੇ ਸੋਢੀ ਸਾਰੇ ਬੇਦੀ ਹੈ, ਸਾਰੇ ਪੱਲੇ ਪੂਜਨੀਕ ਨਹੀਂ ਹਨ। ਇੱਕ ਨੇ ਇਤਰਾਜ਼ ਕੀਤਾ, ਜਿਨ੍ਹਾਂ ਬੇਦੀਆਂ ਨੇ ਗੁਰੂ ਨਾਨਕ ਵਰਗੀ ਮਹਾਰਾਜ ਸ਼ਕਤੀ ਪੈਦਾ ਕੀਤੀ ਹੈ ਉਹ ਪੂਜਨੀਕ ਕਿਉਂ ਨਹੀਂ, ਜਿਨ੍ਹਾਂ ਸੋਢੀਆਂ ਨੇ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਮਹਾਰਾਜ ਵਰਗੇ ਪੈਦਾ ਕੀਤੇ ਨੇ ਉਹ ਪੂਜਨੀਕ ਕਿਉਂ ਨਹੀਂ? ਠੀਕ ਹੈ, ਤਾਂ ਮੈਂ ਪੁੱਛਦਾ ਹਾਂ ਕਿ ਸੋਢੀਆਂ ਵਿੱਚ ਧੀਰਮਲ ਵੀ ਪੂਜਨੀਕ ਹੈ? ਉਹ ਵੀ ਤਾਂ ਸੋਢੀ ਹੈ ਜਿਹੜਾ ਪੈਂਦੇ ਖਾਨ ਨੂੰ ਚਿੱਠੀ ਲਿਖਦਾ ਹੈ ਕਿ ਮੇਰੇ ਦਾਦੇ ਔਰ ਪਿਤਾ ਨੂੰ ਕਤਲ ਕਰਦੇ ਨੇ ਇਸ ਮੈਦਾਨ ਵਿੱਚ, ਗੱਡੀ ਮੇਰੇ ਹੱਥ ਵਿੱਚ ਆ ਜਾਏਗੀ, ਮੈਂ ਤੇਰੀ ਮਦਦ ਕਰਾਂਗੀ, ਕਿ ਉਹ ਤੇਰੇ ਨਾਲ ਵੀ ਪੂਜਨੀਕ ਹੈ। ਯਾਦ ਰੱਖੋ ਖਾਲਸਾ ਜੀ, ਸਿੱਖੀ ਵਿੱਚ ਜਨਮ ਜਾਤ ਦਾ ਕੋਈ ਸੰਬੰਧ ਨਹੀਂ, ਸਿੱਖੀ ਵਿੱਚ ਜੋ ਕਰੇ ਉਹੀ ਜਾਤ ਹੈ, ਜੋ ਕਰਮ ਕਰਦਾ ਉਹੀ ਉਸਦੀ ਜਾਤ ਹੈ, ਉਸ ਤੋਂ ਬਾਅਦ ਕੁਛ ਨਹੀਂ ਮੰਨੀਗੀ, ਬੱਚੇ ਜ਼ਿਆਦਾ ਉਲੰਬਾ ਹੈ। ਤਾਂ ਖੈਰ ਮਹਾਰਾਜ ਦੇ ਮੂੰਹ ਅਖਵਾਇਆ ਜਾਂ ਸ਼ਿਕਾਇਤ ਹੋਈ, ਜੈ ਸਿੰਘ ਜਿਨੂੰ ਨਹੀਂ ਪਾਉਂਦਾ, ਭਾਈ ਜੈ ਸਿੰਘ ਕਿਉਂ ਨਹੀਂ ਜਿਨੂੰ ਪਹਿਨਦਾ ਬਾਈ? ਕਹਿੰਦਾ ਮਹਾਰਾਜ ਮੈਂ ਤਾਂ ਤੁਹਾਡੇ ਅਰਪਣ ਕਰ ਦਿੱਤਾ ਹੈ, ਮੈਂ ਉਹ ਕਿਉਂ ਪਾਵਾਂ? ਤਾਂ ਸਰੂਪਦਾਸ ਪੱਲਾ ਲਿਖਦਾ ਹੈ, ਗੁਰੂ ਮਹਾਰਾਜ ਨੇ ਫੈਸਲਾ ਦਿੱਤਾ ਜਿਹੜਾ ਜਨੇਊ ਪਾਵੇ ਉਹਨੂੰ ਇਹ ਨਹੀਂ ਕਹਿਣਾ ਕਿ ਜਨੇਊ ਨਾ ਪਾ, ਜਿਹੜਾ ਨਾ ਪਾਵੇ ਉਹਨੂੰ ਮਜਬੂਰ ਨਹੀਂ ਕਰਨਾ ਕਿ ਪਾ। ਇਹਦਾ ਮਤਲਬ ਹੈ ਪੁਰਾਣਾ ਇਤਿਹਾਸ ਤੱਕੋ, ਅਸਲ ਵਿੱਚ ਮਹਾਤਮਾ ਬੁੱਧ ਦੇ ਕਾਰਨ ਪੰਡਿਤ ਨੇ ਇੰਨੀ ਮਾਰ ਖਾਧੀ ਹਿੰਦੁਸਤਾਨ ਜਿਹਦਾ ਨਾ ਨਹੀਂ, ਕੇਵਲ ਇੱਕੋ ਕਲਿਆਣ ਸੀ ਦੇਹ ਕਰਮ ਕਰੋ ਔਰ ਇਨਸਾਨ ਬਰਾਬਰ ਜਾਤਵਾਦ ਦਾ ਖੰਡਨ, ਜੇ ਜਾਤਵਾਦ ਮਿਟ ਜਾਏ ਤਾਂ ਬ੍ਰਾਹਮਣ ਨਹੀਂ ਰਹਿ ਸਕਦਾ। ਮੇਰਾ ਮਤਲਬ ਬ੍ਰਾਹਮਣੀ ਧਰਮ ਤੋਂ ਹੈ, ਉਹਨਾਂ ਵਿਚਾਰਾਂ ਤੋਂ ਹੈ, ਮਨੁੱਖ ਤੋਂ ਨਹੀਂ। ਤਾਂ ਸਾਰੇ ਹਿੰਦੁਸਤਾਨ ਵਿੱਚ ਹੀ ਬੁੱਧ ਮਤ ਛਾ ਗਿਆ, ਮਗਰ ਇਹ ਚਿਰ ਪਿੱਛੋਂ ਪੰਡਿਤ ਨੇ ਐਸੀ ਕਰਵਟ ਬਦਲੀ, ਆਪ ਬੋਧੀ ਬਣ ਗਿਆ, ਅੰਦਰੋਂ ਆ ਕੇ ਚਾਹ ਲਾਈ ਫਲਕੀ ਦੱਸੂ ਕੌਣ ਬਈ ਕਿਵੇਂ ਬੋਧੀ, ਕਿਉਂਕਿ ਬੋਧੀ ਤਾਂ ਮੈਂ ਵੀ ਹਾਂ, ਦੱਸੂ ਹੈ ਕੌਣ? ਉਹਨਾਂ ਨੇ ਬੋਧੀ ਜਾਂ ਹੋਰ ਕੌਣ ਕੀ ਹੈ? ਚੱਲ ਛੱਡੋ ਥਾ, ਮੈਂ ਪੰਡਿਤ ਬੋਧੀ ਹਾਂ, ਦੱਸੂ ਕੌਣ ਬੋਧੀ? ਕਹਿੰਦੇ ਜੀ ਹਾਂ ਤਾਂ ਮੈਂ ਵੀ ਪੰਡਿਤ ਬੋਧੀ। ਕਹਿੰਦੇ ਫਿਰ ਕੌਣ ਪੰਡਿਤ ਬੋਧੀ? ਉਹਨੇ ਕਿਹਾ ਬੋਧੀ ਵੀ ਪੰਡਿਤ ਵੀ ਫਿਰ ਵੀ ਕੌਣ ਅੜਿਆ ਰਿਹਾ? ਕਹਿੰਦਾ ਹਾਂ ਮੈਂ ਗੌਰ ਬ੍ਰਹਿਮਣ ਬੋਧੀ ਹਾਂ, ਦੱਸੂ ਕੌਣ ਬੋਧੀ? ਤੂੰ ਮੇਰੇ ਨਾਲ ਨੀਵਾਂ ਊਚ ਨੀਚ ਦਾ ਫੈਸਲਾ ਆ ਗਿਆ, ਤੋਂ ਬਾਅਦ ਦਰਮਿਆਨ ਬੁੱਧ ਵੀ ਧਰਮ ਵਿੱਚ ਹਿੰਦੁਸਤਾਨ ਵਿੱਚੋਂ ਬੁੱਧ ਧਰਮ ਲੱਗਦਾ ਖਤਮ ਹੋ ਗਏ। ਚੀਨ ਸਾਰਾ ਬੋਧੀ ਹੈ, ਬਰਮਾ ਬੋਧੀ ਹੈ, ਥਾਈਲੈਂਡ ਬੋਧੀ ਹੈ, ਜਾਪਾਨ ਬੋਧੀ ਹੈ, ਅੱਜ ਵੀ ਸੰਸਾਰ ਵਿੱਚ ਦੁਨੀਆਂ 'ਤੇ ਦੂਸਰੇ ਦਰਜੇ 'ਤੇ ਗਿਣਤੀ ਹੈ ਬੋਧੀਆਂ ਦੀ, ਮਗਰ ਭਾਰਤ ਵਿੱਚ ਮਿਲ ਗਿਆ ਹੈ। ਤਾਂ ਉਹ ਮਾਰ ਪੰਡਿਤ ਨੂੰ ਯਾਦ ਸੀ, ਇੱਕ ਵਾਰ ਸਿੱਖੀ ਵਜੂਦ ਵਿੱਚ ਆਈ, ਮਾਨਸੀ ਰਸ ਵੇਖ ਕੇ ਪਹਿਚਾਣ ਲਓ, ਇਹਨੇ ਉਦੋਂ ਹੀ ਬੁਨਿਆਦ ਕਰ ਲਈ ਸਿੱਖਾਂ ਵਿੱਚ ਜਾਤ ਪਾਤ ਪੈਦਾ ਕਰਕੇ ਸਿੱਖੀ ਨੂੰ ਖਤਮ ਕਰਨਾ ਔਰ ਪੰਡਿਤ ਦੇ ਅਧੀਨ ਰੱਖਣਾ, ਹੋਰ ਕੋਈ ਚਾਰਾ ਨਹੀਂ। ਖੈਰ ਮੈਂ ਅਰਜ਼ ਕਰ ਰਿਹਾ ਸੀ, ਸ਼ਾਦੋ ਤੋਂ ਸਾਨੂੰ ਮਿਲਦਾ ਕਿ ਇੱਕ ਦੋ ਚੀਜ਼ਾਂ ਹੋਰ ਕਹਿਣੀਆਂ ਨੇ। ਯਾਨੀ ਸੁਖਬੀਰ ਸਿੰਘ ਜੀ, ਮੈਂ ਕਈ ਵਾਰ ਸੋਚਿਆ ਕਰਦਾ ਹਾਂ ਕਿ ਦੋ ਸੱਜਣ ਹਨ, ਇਹ ਵੈਦ ਵਜੋਂ ਔਰ ਉੱਥੇ ਮੇਰੇ ਹਨ ਡਾਕਟਰ ਮਾਘੀ ਰਾਮ, ਉਹ ਡਾਕਟਰ ਵਜੋਂ, ਇਹ ਮੇਰੀ ਜ਼ਿੰਦਗੀ ਫਿਜ਼ੀਕਲੀ ਅਤੇ ਇਹਨਾਂ ਦੀ ਬਚਾਈ ਹੈ, ਜੋ ਇਹਨਾਂ ਨੇ ਮੇਰੀ ਮਦਦ ਕੀਤੀ ਮੈਂ ਕਦੇ ਦੇਣ ਨਹੀਂ ਦੇ ਸਕਦਾ। ਹੁਣ ਵੀ ਇਹਨਾਂ ਦੇ ਹੁਕਮ ਕਾਰਨ ਇੱਥੇ ਆਏ ਹਾਂ, ਕਦੇ ਸਮਾਂ ਸੀ ਜਵਾਨੀ ਸੀ 45 ਮੀਲ ਤੋਂ ਸਾਈਕਲਾਂ 'ਤੇ ਚੱਲਣਾ, ਇੱਥੇ ਆਣ ਕੇ ਕੀਰਤਨ ਕਰਨਾ, ਹੁਣ ਜਿੱਥੇ ਭੀੜ ਦੀ 10 ਪੈਂਦੀ ਉੱਥੋਂ ਦਿਲ ਦਾ ਪੈਂਦਾ, ਇੰਨੀ ਨਿੱਕੀ ਜੰਗੀ ਹੈ ਸਾਧੂ ਭਵੇ ਹੋਮ ਅਜਬਰੀ ਦੇ ਕੁੰਜਰਾ ਸਹਿ ਕੁਸੀ ਹੋਮ ਵਾਲੀ ਗੱਲ ਹੋ ਗਈ ਹੈ। ਮੇਰੇ ਫਖਰ ਦੀ ਉਮਰ ਹੈ, ਜਿਉਂ ਜਿਉਂ ਤਰੱਕੀ ਹੈ ਸਿਆਲਾਂ ਦੀ, ਤਜਰਬਾ ਵੱਧਦਾ, ਉਹ ਲੋਕਾਂ ਨਾਲ ਸਾਂਝਾ ਕਰਨ ਵਾਸਤੇ ਆ ਜਾਇਆ ਕਰਦਾ ਹਾਂ। ਖੈਰ ਮੈਂ ਅਰਜ਼ ਕਰ ਰਿਹਾ ਸੀ ਕਿ ਕੁਰਬਾਨੀ ਹੈ ਜੋ ਪੀੜ੍ਹੀਆਂ ਤੋਂ ਆਈ ਇਤਿਹਾਸ ਦੇ ਕਾਰਨ ਜ਼ਿੰਦਾ ਰੱਖਿਆ ਕਰਦੀ, ਤਾਂ ਗੁਰੂ ਅਰਜਨ ਦੇਵ ਜੀ ਇਹ ਕਾਰਨ ਹੈ ਕਿ 6ਵੇਂ ਪਾਤਸ਼ਾਹ ਮੈਦਾਨ ਵਿੱਚ ਆਏ, ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਦਾ ਸਿੱਟਾ ਹੈ, ਗੁਰੂ ਤੇਗ ਬਹਾਦਰ ਸ਼ਹੀਦ ਹੋਏ, ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਦਾ ਸਿੱਟਾ ਹੈ ਕਿ ਸਾਹਿਬਜ਼ਾਦੇ ਮੈਦਾਨ ਵਿੱਚ ਲੜਨ ਵਾਸਤੇ ਸ਼ਹੀਦ ਹੋ ਗਏ ਹਨ, ਚਮਕੌਰ ਦੀ ਗੜੀ ਵੱਡਾ ਸਾਹਿਬਜ਼ਾਦਾ ਖਲੋ ਕੇ ਆ ਗਿਆ ਮੰਗਦਾ ਸੱਚੇ ਪਾਤਸ਼ਾਹ ਮੈਨੂੰ ਜਾਣ ਦੀ ਆਗਿਆ ਦਿੱਤੀ ਜਾਏ, ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਮੱਥਾ ਚੁੰਮਕੇ ਉਸਨੂੰ ਆਸ਼ੀਰਵਾਦ ਦੇ ਕੇ ਵਿਦਿਆ ਕਰਨ ਕਿਵੇਂ ਨਹੀਂ ਪੈਂਦਾ। ਕੋਈ ਨੂੰ ਕਿਹਾ ਤੋਰੇ ਨਹੀਂ ਕਾਹੀ ਕੋਈ ਕੀ
ਮੇਰਾ ਮਤਲਬ ਕਹਿਣ ਤੋਂ ਮਾਂ ਦੀਆਂ ਲੋਰੀਆਂ ਇਤਿਹਾਸ ਦੀਆਂ ਕਹਾਣੀਆਂ ਹਨ ਜੋ ਮਰਦ ਨੂੰ ਬਹਾਦਰੀ ਲਈ ਪ੍ਰੇਰਿਆ ਕਰਦੀਆਂ ਹਨ। ਮਾਤਾ ਨਾਨਕੀ ਜੀ, ਬਹੁਤ ਥੋੜ੍ਹਾ ਸਮਾਂ ਮਿਲਿਆ, ਪੁਰਤ ਰੱਖ ਦਊਂਗਾ। ਗੋਦੀ ਵੀ ਕਹਿੰਦੇ ਨੇ ਬਾਬਾ ਅਜੀਤ ਸਿੰਘ ਜੀ ਨੂੰ, ਲੋਹੜੀਆਂ ਦਿੰਦੇ ਨੇ। ਬੱਚਾ ਸਮਝਦਾ ਨਹੀਂ, ਮੇਰ ਮਾਂ ਕਹਿ ਰਹੀ ਹੈ ਆਪਣੇ ਗੁਰਦੇਵ ਪਤੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਕਹਾਣੀਆਂ ਸੁਣਾਉਂਦੇ ਨੇ, ਯੁੱਧਾਂ ਦੀਆਂ ਕਹਾਣੀਆਂ, ਲੜਾਈਆਂ ਦੀਆਂ ਕਹਾਣੀਆਂ, ਪਰਉਪਕਾਰ ਦੀਆਂ ਕਹਾਣੀਆਂ, ਗੁਰੂ ਅਰਜਨ ਦੇਵ ਜੀ ਸ਼ਹੀਦੀ ਦੀਆਂ ਕਹਾਣੀਆਂ, ਗੁਰੂ ਤੇਗ ਬਹਾਦਰ ਮਹਾਰਾਜ ਸ਼ਹਾਦਤ ਦੀਆਂ ਕਹਾਣੀਆਂ ਸੁਣਾਈਆਂ ਜਾ ਰਹੀਆਂ ਨੇ, ਜੋ ਬੱਚੇ ਦੇ ਮਨ 'ਤੇ ਅੰਕਿਤ ਕਰੀਆਂ ਹੋ ਰਹੀਆਂ ਨੇ। ਯਕੀਨ ਕਰੋ ਖਾਲਸਾ ਜੀ, ਇਹ ਨਾ ਸਮਝੋ ਕਿ ਜਦ ਬੱਚਾ ਸਮਝਣ ਯੋਗ ਹੁੰਦਾ ਉਦੋਂ ਗਿਆਨ ਪ੍ਰਾਪਤ ਕਰਦਾ, ਨਹੀਂ, ਜਿਸ ਵੇਲੇ ਸਰੀਰ ਵਿੱਚ ਪ੍ਰਾਣ ਆ ਜਾਂਦੇ ਨੇ ਉਦੋਂ ਤੋਂ ਇਹ ਗਿਆਨ ਪ੍ਰਾਪਤ ਕਰਨਾ ਸ਼ੁਰੂ ਹੋ ਜਾਂਦਾ। ਮਹਾਭਾਰਤ ਦੀ ਇੱਕ ਸਾਗੀ ਮੈਨੂੰ ਬੜੀ ਪਸੰਦ ਆਈ। ਇੱਕ ਵਾਰ ਅਰਜਨ ਦੂਸਰੇ ਫਰੰਟ 'ਤੇ ਲੜ ਰਿਹਾ ਸੀ, ਵਿਰੋਧੀਆਂ ਨੇ ਚੱਕਰ ਵੀ ਲੜਿਆ, ਮੋਰਚਾ ਬਣਾ ਅਭੀ ਮੈਨੂੰ ਉਹਨੂੰ ਪੁੱਛਿਆ 16 ਸਾਲ ਦਾ ਆਪਾਂ ਮੈਨੂੰ ਉਸ ਵੇਲੇ ਬਾਕੀ ਪਾਂਡਵਾਂ ਨੇ, ਕਿਉਂਕਿ ਚੱਕਰ ਵੀ ਤੋੜਨਾ ਅਸੀਂ ਨਹੀਂ ਜਾਣਦੇ ਅਰਜਨ ਲਾਉਂਦਾ, ਇਹ ਦੱਸ ਤੂੰ ਤੋੜ ਸਕਦਾ, ਕਹਿੰਦੇ ਉਹਨੂੰ ਸਿਖਾਇਆ ਹੋਵੇਗਾ। ਕਹਿੰਦਾ ਮੇਰੇ ਪਿਤਾ ਨੇ ਮੈਨੂੰ ਇਤਨੀ ਵਿੱਦਿਆ ਦਿੱਤੀ ਹੈ ਕਿ ਇਹਨੇ ਛੋਟੀ ਉਮਰ 'ਚ ਮੈਂ ਸਾਰੀ ਸਮਝ ਨਹੀਂ ਸਕਿਆ, ਜਾਣਦੇ ਹੋ ਚੱਕਰ ਵੀ ਤੋੜਨਾ ਜਾਣਦਾ, ਬਾਹਰ ਆਉਣਾ ਨਹੀਂ ਜਾਣਦਾ, ਕਹਿੰਦੇ ਅਸੀਂ ਤੇਰੇ ਨਾਲ ਜਾਵਾਂਗੇ। ਤਾਂ ਇਹ ਕਦੋਂ ਸਿੱਖਿਆ ਹੈ? ਕਹਿੰਦਾ ਜਨਮ ਤੋਂ ਬਾਅਦ ਨਹੀਂ, ਜਨਮ ਤੋਂ ਪਹਿਲਾਂ ਸਿੱਖਿਆ। ਜਿਸ ਵੇਲੇ ਮੈਂ ਆਪਣੀ ਮਾਤਾ ਦੇ ਪੇਟ ਵਿੱਚ ਸੀ, ਮੇਰੇ ਪਿਤਾ ਅਰਜਨ ਜੀ ਮੇਰੀ ਮਾਤਾ ਨੂੰ ਕਹਾਣੀ ਸੁਣਾ ਰਹੇ ਸਨ ਕਿ ਦੁਸ਼ਮਣ ਚੱਕਰਵਿਊਹ ਦੀ ਰਚਨਾ ਰਹੇ, ਉਸਨੂੰ ਤੋੜਿਆ ਕਿਵੇਂ ਜਾ ਸਕਦਾ, ਜਿੰਨਾ ਚਿਰ ਉਹ ਤੋੜਨ ਦੀ ਗੱਲ ਕਰਦੇ ਰਹੇ ਮੇਰੀ ਮਾਂ ਜਾਗਦੀ ਨਹੀਂ ਸੀ, ਮੈਂ ਸੁਣਦਾ ਰਿਹਾ। ਜਿਸ ਉਹ ਬਾਹਰ ਨਿਕਲਣ ਦੀ ਗੱਲ ਕਰਨ ਲੱਗੀ ਮੇਰੀ ਮਾਂ ਸੌਂ ਗਈ, ਇਸ ਵਾਸਤੇ ਉਹ ਤਾਰ ਤੁਰ ਗਈ, ਉਸ ਤੋਂ ਬਾਅਦ ਮੈਨੂੰ ਕੋਈ ਪਤਾ ਨਹੀਂ। ਇਹ ਮੇਰਾ ਮਤਲਬ ਕਹਿਣ ਤੋਂ ਹੈ ਕਿ ਜਨਮ ਤੋਂ ਪਹਿਲਾਂ ਦੇ ਸੰਸਕਾਰ ਵੀ ਬੱਚੇ ਵਾਸਤੇ ਲਾਜ਼ਮੀ ਹੋਇਆ ਕਰਦੇ ਨੇ, ਫਿਰ ਉਸ ਤੋਂ ਬਾਅਦ ਨਹੀਂ। ਜੀਨ ਜੈਕ ਰੂਸੋ ਫਰਾਂਸ ਦਾ ਮਹਾਨ ਵਿਦਵਾਨ ਹੈ, ਉਹ ਕਹਿੰਦਾ ਹੈ ਬੱਚੇ ਨੂੰ ਬਚਪਨ ਤੋਂ ਜਿਹੋ ਜਿਹਾ ਬਣਾਓਵੇ ਉਹ ਜਿਹਾ ਬਣ ਜਾਏਗਾ। ਮੈਂ ਦੋ ਗੱਲਾਂ ਕਿਹਾ ਕਰਦਾ, ਜੋ ਕੋਈ ਸਾਰੀ ਵਿੱਦਿਆ ਪ੍ਰਾਪਤ ਹੋਈ ਨਿਰੰਕਾਰ ਦੀ ਕਿਰਪਾ ਨਾਲ ਉਸੇ ਰਾਤ ਸਿੱਟਾ ਹੈ, ਇੱਕ ਬੱਚੇ ਦੇ ਸਾਹਮਣੇ ਝੂਠ ਕਦੇ ਨਾ ਬੋਲੋ, ਇਹ ਨਾ ਸਮਝੋ ਛੋਟਾ ਹੈ ਨਹੀਂ ਸਮਝ ਸਕੇਗਾ, ਝੂਠ ਟਰਕਾ ਦਿਓ, ਨਹੀਂ, ਜਦ ਉਹ ਗਿਆਨਵਾਨ ਹੋਏਗਾ ਸਮਝਣ ਲੱਗ ਪਏਗਾ, ਗੱਲ ਯਾਦ ਰਹੇਗੀ, ਬਾਪੂ ਨੇ ਉਦੋਂ ਝੂਠ ਬੋਲਿਆ ਸੀ ਹੁਣ ਵੀ ਸ਼ਾਇਦ ਝੂਠ ਬੋਲਿਆ ਹੋਵੇ। ਸੋ ਕਦੇ ਬੱਚੇ ਸਾਹਮਣੇ ਝੂਠ ਨਾ ਬੋਲੋ, ਉਹਦੀ ਨਜ਼ਰ ਝੂਠੇ ਬਣ ਜਾਓਗੇ। ਦੂਸਰੀ ਗੱਲ, ਬੱਚੇ ਨੂੰ ਕਦੇ ਕੌੜਾ ਸ਼ਬਦ ਨਾ ਬੋਲੋ, ਨਹੀਂ ਤਾਂ ਕਈ ਵਾਰ ਉਹ ਸੁਤੇ ਸਿੱਧੇ ਇਹੋ ਜਿਹਾ ਸ਼ਬਦ ਬੋਲੇਗਾ ਤੁਹਾਨੂੰ ਨਸਣ ਤੋਂ ਰਾਹ ਕੋਈ ਨਹੀਂ ਰਹੇਗਾ, ਤਾਂ ਉਹ ਕਦੇ ਨਹੀਂ ਬੋਲ ਸਕੇਗਾ। ਖੈਰ ਮੇਰਾ ਮਤਲਬ ਕਹਿਣ ਤੋਂ ਕਿ ਬਚਪਨ ਤੋਂ ਸਿੱਖਿਆ ਦਿੱਤੀ ਜਾ ਰਹੀ ਹੈ ਉਹੀ ਕਾਇਮ ਹੋਈ ਹੈ, ਜੋ ਸਾਹਿਬ ਅਜੀਤ ਸਿੰਘ ਸਾਹਿਬ ਜੁਝਾਰ ਸਿੰਘ ਔਰ ਛੋਟੇ ਛੋਟੇ ਸਾਹਿਬਜ਼ਾਦਿਆਂ ਦੇ ਸਾਹਮਣੇ ਪ੍ਰਗਟ ਹੁੰਦੀ ਰਹੀ ਹੈ। ਤਾਂ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਕਹਾਣੀਆਂ ਸਦਾ ਕਾਇਮ ਹਨ, ਜੋ ਜ਼ਿੰਦਾ ਰਹਿਣਗੀਆਂ। ਤਾਂ ਖੈਰ ਇੱਥੇ ਇੱਕ ਦੋ ਗੱਲਾਂ ਹੋਰ ਕਹਿਣਾ ਚਾਹੁੰਦਾ ਗੁਰੂ ਅਰਜਨ ਦੇਵ ਮਹਾਰਾਜ ਸੰਬੰਧ ਵਿੱਚ, ਕਿ ਜਹਾਂਗੀਰ ਆਇਆ ਹੈ ਗੋਇੰਦਵਾਲ ਦੇ ਰਸਤੇ ਲੰਘੇ, ਉੱਥੇ ਪੜਾਅ ਕੀਤਾ, ਕਿਸੇ ਨੇ ਸ਼ਿਕਾਇਤ ਨਹੀਂ ਕੀਤੀ, ਲਾਹੌਰ ਵਿੱਚ ਰਿਹਾ ਕਾਫੀ ਦਿਨ, ਕਿਸੇ ਸ਼ਿਕਾਇਤ ਨਹੀਂ ਕੀਤੀ, ਜਿਸ ਵੇਲੇ ਲਾਹੌਰ ਤੋਂ ਤੁਰਨ ਲੱਗਾ ਉਸ ਵੇਲੇ ਸ਼ਿਕਾਇਤ ਕੀਤੀ ਗਈ ਹੈ। ਸ਼ਿਕਾਇਤ ਕਰਨ ਦੇ ਮੋਢੀ ਇਹੀ ਹਨ, ਇੱਕ ਥੀਰਮਲ ਹੈ, ਇੱਕ ਪ੍ਰਿਸ਼ੀ ਚੰਦ ਹੈ, ਇੱਕ ਚੰਦੂ ਹੈ, ਔਰ ਦੂਜੇ ਮੌਲਵੀ ਹਨ। ਤਾਂ ਫੈਸਲਾ ਦੇ ਕੇ ਚਲਿਆ ਗਿਆ ਜਹਾਂਗੀਰ, ਫੈਸਲਾ ਨਹੀਂ ਕੋਈ ਕੀਤਾ, ਜਿਤਵਾ ਦੇ ਇਤਨੇ ਤਸੀਹੇ ਦਿੱਤੇ ਗਏ। ਤਾਂ ਸਵਾਲ ਪੈਦਾ ਹੁੰਦਾ ਹੈ, ਉਹਨਾਂ ਤਸੀਹਾਂ ਦਾ ਬਦਲਾ ਲੈਣ ਵਾਸਤੇ ਵੀ ਕੌਮ ਉੱਠੀ ਹੈ ਜਾਂ ਨਹੀਂ? ਉੱਠੀ ਹੈ, ਹਰ ਹਾਲ ਉੱਠੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਤੋਂ ਬਾਅਦ ਆਏ, ਤਾਂ ਫੈਸਲਾ ਹੋਇਆ ਕਿ ਧੋਖਾ ਦਿੱਤਾ ਗਿਆ ਜਹਾਂਗੀਰ ਨੂੰ, ਜਹਾਂਗੀਰ ਨੇ ਪਕੜਾ ਦਿੱਤਾ, ਚੰਦੂ ਨੂੰ ਹਵਾਲੇ ਕਰ ਦਿੱਤਾ ਹੈ। ਮੇਰੇ ਦੂਸਰੇ ਸਾਥੀ ਆ ਗਏ ਨੇ, ਇਸ ਵਾਸਤੇ ਮੈਂ ਜ਼ਰਾ ਯਤਨ ਕਰਾਂਗਾ ਕਿ ਛੇਤੀ ਸਮਾਪਤ ਕਰ ਦਿਆਂ। ਤਾਂ ਚੰਦੂ ਨੂੰ ਗ੍ਰਿਫਤਾਰ ਕਰਕੇ ਛੇਵੇਂ ਪਾਤਸ਼ਾਹ ਦੇ ਹਵਾਲੇ ਕਰ ਦਿੱਤਾ, ਜਿਸ ਵੇਲੇ ਲੈ ਕੇ ਆਏ ਇਸੇ ਥਾਂ 'ਤੇ ਲਾਹੌਰ, ਇੱਟਾਂ ਬੋਲਦੀਆਂ ਨੇ ਖਾਲਸਾ ਜੀ, ਧਰਤੀ ਬੋਲਦੀ ਹੈ, ਪਾਣੀ ਦੀਆਂ ਲਹਿਰਾਂ ਬੋਲਦੀਆਂ ਨੇ, ਹਵਾਵਾਂ ਬੋਲਦੀਆਂ ਨੇ। ਇੱਕ ਵਾਰ ਇੱਕ ਸੱਜਣ ਨੇ ਮੇਰੇ 'ਤੇ ਇਤਰਾਜ਼ ਕੀਤਾ, ਤੁਸੀਂ ਜਾ ਕੇ ਹਰ ਕੀ ਪੌੜੀ ਤੋੜੀਆਂ ਲੈਂਦੇ ਹੋ, ਜਿਹੜੀ ਨਹਿਰ 'ਚੋਂ ਪਾਣੀ ਆਇਆ ਉਹਦੇ 'ਚ ਕਰਾਮਾਤ ਨਹੀਂ? ਹਰ ਕੀ ਪੌੜੀ 'ਤੇ ਕੀ ਕਰਾਮਾਤ ਆ ਗਈ? ਮੈਂ ਕਿਹਾ ਹਾਂ ਠੀਕ ਹੈ। ਮੈਂ ਕਿਹਾ ਮੁਆਫ ਕਰਨਾ, ਨਹਿਰ 'ਤੇ ਬੈਠੇ ਹਾਂ, ਤੇਰੇ ਪਿੰਡ ਦਾ ਇੱਕ ਹਰੀਜਨ ਜਿਹਨੂੰ ਪੀੜੀਆਂ ਤੋਂ ਮੀਨਾ ਗਣਦਾ ਹੈ, ਪਾਣੀ ਪੀ ਰਿਹਾ, ਉਹਦੇ ਲਹਿੰਦੇ ਪਾਸੇ ਬਹਿ ਕੇ ਪਾਣੀ ਪੀ ਸਕੇਗਾ? ਕਹਿੰਦਾ ਮੈਨੂੰ ਕੀ ਲੋੜ ਹੈ, ਮੈਂ ਉਤਲੇ ਪਾਸੇ ਹੋ ਕੇ ਪੀ ਲੂੰ। ਮੈਂ ਤੇਰੇ ਮਨ ਵਿੱਚ ਆਇਆ ਨਾ, ਮੈਂ ਹਰ ਕੀ ਪੌੜੀ 'ਤੇ ਸਾਡੇ ਪਿੰਡ ਦਾ ਕਸ਼ੂ ਉੱਤੇ ਜਾ ਕੇ ਉੱਥੋਂ ਤੁੜੀਆਂ ਲੈ ਰਹੇ ਹੈ, ਪਾਣੀ ਉਹਦੀਆਂ ਉਂਗਲੀਆਂ ਤੋਂ ਗਿਰ ਰਹੇ ਹੈ, ਮਗਰ ਉਹ ਪੰਡਿਤ ਆ ਜਾਏ, ਸਰਦਾਰ ਆ ਜਾਏ, ਚੁੜੀਆਂ ਲਈ ਚੱਲਿਆ ਜਾ ਰਿਹਾ ਹੈ ਚਕੋਨੀ, ਕਿ ਉਸ ਨਾਲ ਇਤਿਹਾਸ ਹੈ, ਅਸਥਾਨ ਇਤਿਹਾਸ ਨਾਲ ਪਵਿੱਤਰ ਹੋਇਆ ਕਰਦੇ ਨੇ, ਐਵੇਂ ਨਹੀਂ ਪਵਿੱਤਰ ਹੋਇਆ ਕਰਦੇ।
ਅੱਜ ਵੀ ਸਰੋਵਰ ਬਣ ਰਹੇ ਨੇ। ਥਾਂ ਥਾਂ ਜਿੱਥੇ ਕੋਈ ਯਾਦ ਨਹੀਂ ਸੀ ਉੱਥੇ ਵੀ ਬਣ ਰਹੇ ਨੇ। ਮਗਰ ਉਹਨਾਂ ਨੂੰ ਹਰਿਮੰਦਰ ਸਾਹਿਬ ਵਰਗੀ ਮਹਾਨਤਾ ਨਹੀਂ ਮਿਲ ਸਕਦੀ। ਉਹਦੇ ਪਿੱਛੇ ਪੀੜ੍ਹੀਆਂ ਦਾ ਇਤਿਹਾਸ ਹੈ, ਇਤਿਹਾਸ ਜਿੰਦਾ ਔਰ ਕਾਇਮ ਰਹਿੰਦਾ। ਜਿਵੇਂ ਲਾਹੌਰ ਵਿੱਚ ਸਿੱਖ ਗਏ ਜਗਵਾਲ ਪਗੜੇ ਫੜ ਕੇ, ਅੰਤ ਚੰਦੂ ਨੂੰ ਉਹਦੇ ਕਰਮਾਂ ਦੀ ਸਜ਼ਾ ਦਿੱਤੀ ਜਾ ਰਹੀ ਹੈ। ਕਿਵੇਂ ਪਾਪ ਕਮਾਉਂਦੇ ਕਰਦੇ ਕਹਾਏ ਹਾਏ, ਸੁਖੀ ਤੇ ਪਾਪ ਦਾ ਬਦਲਾ ਦੇਣਾ ਪੈਂਦਾ, ਹਰ ਕੀਮਤ ਦੇਣਾ ਪੈਂਦਾ, ਕੋਈ ਸ਼ਕਤੀ ਨਹੀਂ ਰੋਕਦੀ। ਇੱਕ ਛੰਦ ਹੋਰ ਕਹਿਣਾ, ਉਹ ਤੋਂ ਪਹਿਲਾਂ ਮੁਕਤਸਰ ਜੀ ਗੱਲ ਕਹਿ ਲਵਾਂ। ਮੈਂ ਕਿੱਥੋਂ ਆਰੰਭ ਕੀਤਾ ਸੀ ਕਿ ਜੇ ਕਦੇ ਚੰਦੂ ਦੀ ਲੜਕੀ ਦੇ ਰਿਸ਼ਤੇ ਦਾ ਝਗੜਾ ਨਾ ਵੀ ਹੁੰਦਾ, ਗੁਰੂ ਅਰਜਨ ਦੇਵ ਮਹਾਰਾਜ ਸ਼ਹਾਦਤ ਫਿਰ ਵੀ ਲਾਜ਼ਮੀ ਸੀ। ਤਸੀਹੇ ਦਿੱਤੇ ਗਏ,
ਹਜ਼ੂਰ ਨੂੰ ਸ਼ਹੀਦ ਕੀਤਾ ਗਿਆ, ਰਾਵੀ ਵਿੱਚ ਹੁਕਮ ਸੁਟਾਇਆ ਗਿਆ, ਆਹ ਪਿੱਛਿਆਂ ਨਾਲ ਨਹੀਂ ਗਏ, ਉਹਦਾ ਬਦਲਾ ਲਿਆ। ਤਾਂ ਕਈ ਸਵਾਲ ਹੋਰ ਪੈਦਾ ਹੁੰਦੇ ਨੇ ਕਿ ਫਿਰ ਜਹਾਂਗੀਰ ਇਸਦਾ ਕਾਰਨ ਕਿਉਂ ਕਿਉਂ ਵੱਧ ਗਏ, ਸਿੱਖਾਂ ਨੇ ਉਸ ਤੋਂ ਬਦਲਾ ਕਿਉਂ ਨਹੀਂ ਲਿਆ। ਇਸਦਾ ਕਾਰਨ ਵੀ ਹੈ ਖਾਲਸਾ ਜੀ, ਜਹਾਂਗੀਰ ਤਖ਼ਤ 'ਤੇ ਬੈਠਾ ਮੌਲੀਆਂ ਔਰ ਮੁਲਾਣਿਆਂ ਦੀ ਮਦਦ ਨਾਲ ਕਸਮ ਕਰਕੇ, ਗੈਰ ਮੁਸਲਮਾਨਾਂ ਦਾ ਅਤਿਆਚਾਰ ਕਰਕੇ ਮਕਬੂਲ ਹੋ ਸਕਦਾ ਸੀ। ਪਿਛਲੀ ਉਮਰ ਵਿੱਚ ਖੁੱਲ ਜ਼ਿਲ੍ਹਾ ਹੋ ਗਏ, ਦਿਲ ਬਦਲ ਗਏ, ਮਨ ਬਦਲ ਗਿਆ, ਆਸਾਰ ਬਦਲ ਗਏ ਨੇ। ਇਸ ਵਾਰ ਉਸਨੇ ਅਫਸੋਸ ਪ੍ਰਗਟ ਕੀਤਾ, ਜੋ ਕੁਛ ਕਰਵਾਇਆ ਗਿਆ ਮੇਰੇ ਤੋਂ ਤਸਵੀਰ ਲੋਕਾਂ ਨੇ ਕਰਵਾਇਆ। ਫਿਰ ਮੇਰਾ ਕਹਿਣ ਤੋਂ ਮਤਲਬ ਇਹ ਸ਼ਹਾਦਤ ਹੈ। ਹੁਣ ਇੱਕ ਚੀਜ਼ ਕਹਿਣਾ ਚਾਹੁੰਦਾ ਬਾਈ, ਜਿਸ ਕੌਮ ਜਿਸ ਮੁਲਕ ਵਿੱਚ ਉਹ ਜਿਉਂਦੀਆਂ ਕੌਮਾਂ ਮਿਲ ਜਾਣ, ਉਸ ਮੁਲਕ ਦੀ ਆਜ਼ਾਦੀ ਕਦੇ ਕਾਇਮ ਨਹੀਂ ਰਹਿ ਸਕਦੀ, ਕੋਈ ਸ਼ਕਤੀ ਕਾਇਮ ਨਹੀਂ ਕਰਦੀ। ਸੋ ਰੀੜ ਦੀ ਹੱਡੀ ਹਨ ਹਿੰਦੁਸਤਾਨ ਦੀ, ਤਲਵਾਰ ਵਾਲਾ ਬਾਹੂ ਹੈ ਹਿੰਦੁਸਤਾਨ ਦਾ। ਜਿਸੇ ਕੌਮ ਕਮਜ਼ੋਰ ਹੋ ਗਈ, ਹਿੰਦੁਸਤਾਨ ਦੀ ਆਜ਼ਾਦੀ ਨੂੰ ਕੋਈ ਸ਼ਕਤੀ ਰੋਕ ਨਹੀਂ ਸਕੇ, ਕਾਇਮ ਨਹੀਂ ਰਹਿ ਸਕੀ, ਹਰ ਹਾਲੇ ਗੁਲਾਮੀ ਸੰਗਲਾਂ 'ਚ ਫਿਰ ਜਗੜਿਆ ਜਾਏਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਦੇਸ਼ ਨੂੰ ਕੀ ਕੁਝ ਦਿੱਤਾ ਹੈ, ਇੱਕ ਛੰਦ ਕਹਿ ਕੇ ਮੈਂ ਆਪ ਤੋਂ ਖਿਮਾ ਚਾਹਵਾਂਗਾ। ਸੋ ਮੈਂ ਫਿਰ ਇੱਕ ਵਾਰ ਯਾਨੀ ਸੁਖਬੀਰ ਸਿੰਘ ਜੀ ਦਾ ਧੰਨਵਾਦੀ ਹਾਂ, ਜਿਹਨੇ ਹੁਕਮ ਨਾਲ ਅਸੀਂ ਇੱਥੇ ਹਾਜ਼ਰ ਹੋਏ ਹਾਂ, ਕਿਉਂਕਿ ਸਿੰਘ ਸਭਾਵਾਂ ਨੂੰ ਤਾਂ ਬੁਲਾਉਣ ਦੀ ਲੋੜ ਨਹੀਂ ਪੈਂਦੀ। ਇੱਥੇ ਇੰਨੇ ਲੋਕ ਪਹਿਲਾਂ ਹੀ ਹਰ ਮਹੀਨੇ ਇਕੱਠੇ ਹੋ ਜਾਂਦੇ ਨੇ, ਅਤੇ ਉਹ ਤੱਤੀ ਤੋਏ ਨਾਲ ਪੱਲਵੇ ਵਾਲਾ ਸੌਦਾ ਬਣ ਜਾਂਦਾ। ਜਿੱਥੇ ਆਪਣੇ ਆਪ ਇਤਨਾ ਪ੍ਰਚਾਰ ਹੋਏ, ਉੱਥੇ ਮੇਰੇ ਵਰਗੇ ਨੂੰ ਜਿਹਦੀਆਂ ਗੱਲਾਂ ਬਹੁਤ ਸਾਰੀਆਂ ਹਵਾ ਤੋਂ ਉੱਚੇ ਜਾਣੀਆਂ ਨੇ, ਬਹੁਤੇ ਲੋਕਾਂ ਦੀ ਸਮਝ ਵਿੱਚ ਵੀ ਨਹੀਂ ਆਉਣੀਆਂ, ਉਹਨਾਂ ਨੂੰ ਬੁਲਾਉਣ ਦੀ ਲੋੜ ਨਹੀਂ ਪਿਆ ਕਰਦੀ। ਇਸ ਵਾਰ ਮੈਂ ਇਹਨਾਂ ਦੇ ਹੁਕਮ ਨਾਲ ਹਾਜ਼ਰ ਹੋਇਆ ਹਾਂ, ਅਤੇ ਇੱਕ ਅਪੀਲ ਕਰਾਂਗਾ ਕਿ ਸਾਰੀ ਗੱਲ ਦੇ ਨਾਲ ਇੱਕ ਚੀਜ਼ ਤਾਰ ਲਵੋ ਮਨ ਵਿੱਚ, ਕਿ ਆਪਣੇ ਜਿੰਨਾ ਤੁਹਾਡਾ ਰੋਜ਼ ਦਾ ਖਰਚ ਹੈ ਨਿਕਲਦਾ ਰੁਪਏ ਵਿੱਚੋਂ ਇੱਕ ਪੈਸਾ ਆਪਣੇ ਬੱਚਿਆਂ ਵਾਸਤੇ ਇਤਿਹਾਸ ਔਰ ਗੁਰਬਾਣੀ ਦੇ ਗ੍ਰੰਥ ਖਰੀਦਣ ਦੇ ਵਾਸਤੇ ਕੱਢ ਲਿਆ ਕਰੋ। ਜੇ ਬੱਚੇ ਤੁਹਾਡੇ ਇਤਿਹਾਸ ਤੋਂ ਜਾਣੂ ਹੋਣਗੇ, ਸਿੱਖੀ ਕਾਇਮ ਰਹੇਗੀ। ਕਿਸ ਬੱਚੇ ਨੂੰ ਭਰਾ ਨਾਨਕਿਆਂ ਦਾਲਕਿਆਂ ਦਾ ਪਤਾ ਹੋਵੇ, ਪਰੇ 'ਚ ਖੜੋ ਕੇ ਬੋਲਣ ਯੋਗਾ ਨਹੀਂ ਹੋਇਆ ਕਰਦਾ। ਸਿੱਖਿਆ ਕਰੇ ਇਤਿਹਾਸ ਤੋਂ ਜਾਣੂ ਨਹੀਂ, ਕੰਮ ਮਿਲ ਜਾਇਆ ਕਰਦੀ ਹੈ, ਕੋਈ ਸ਼ਕਤੀ ਤੁਸੀਂ ਜ਼ਿੰਦਾ ਨਹੀਂ ਰਹਿ ਸਕਦੇ ਜੀ। ਗੁਰੂ ਗੋਬਿੰਦ ਸਿੰਘ ਦੇ ਮੁਤਲਕ ਪੁਰਾਣੀਆਂ ਚਾੜੀਆਂ ਦੀਆਂ ਰਵਾਇਤਾਂ ਜਿਹਨਾਂ ਰੀਤਾਂ 'ਤੇ ਉਹ ਪੜ੍ਹਿਆ ਕਰਦੇ ਸਨ, ਇੱਕ ਚੀਜ਼ ਕਹਿ ਕੇ ਇੱਥੇ ਮੰਨ। ਰਾਜੀਆਂ ਦੇ ਰਾਗ ਹੈ, ਆਸਾ ਹੈ, ਪੈਰੋਂ ਹੈ, ਗੌਲੀ ਹੈ, ਇਸ ਤਰ੍ਹਾਂ ਕਾਰੀਆਂ ਦੇ ਵੀ ਰਾਗ ਹੁੰਦੇ ਨੇ, ਇਸ ਨੂੰ ਸ਼ੁੱਧ ਰਸਾਲੂ ਕਹਿੰਦੇ ਨੇ। ਜਲ ਪੀਰ ਬਣੀ ਸੀ ਆਵਣ ਵਾਸਤੇ
ਅੱਜ ਸਾਡੀ ਹਾਲਤ ਇਹ ਹੈ, ਰਾਜਪਾਲ ਸਾਰੇ ਚਾਹੁੰਦੇ ਆ, ਮਰਨ ਵਾਸਤੇ ਕੋਈ ਤਿਆਰ ਨਹੀਂ। ਜਿੰਨਾ ਚਿਰ ਕੋਈ ਕੌਮ ਕੁਰਬਾਨੀਆਂ ਵਾਸਤੇ ਤਿਆਰ ਨਹੀਂ ਹੋਇਆ ਕਰਦੀ, ਰਾਜਸੀ ਸੱਤਿਆ ਕਦੇ ਉਹਦੇ ਹੱਥ ਵਿੱਚ ਨਹੀਂ ਆਇਆ ਕਰਦੀ। ਇਹਨਾਂ ਸ਼ਬਦਾਂ ਨਾਲ ਸਮਾਪਤ ਕਰਦਾ ਹਾਂ। ਜਿਹਨਾਂ ਸ਼ਰਧਾਲੂਆਂ ਵੱਲੋਂ ਬੇਨਤ ਮਾਇਆ ਅਰਦਾਸ ਹੈ, ਦਾਤਾ ਇਨਾਮਦਾਨ ਬਖਸ਼ਣ। ਸਾਰੇ ਸਰਪ੍ਰਬੰਧਕਾਂ ਦਾ ਧੰਨਵਾਦ ਹੀ ਹਾਂ, ਸਾਰੀਆਂ ਸੰਗਤਾਂ ਦਾ ਧੰਨਵਾਦ ਹੀ ਹਾਂ। ਬੁਢਾਪਾ ਹੈ,